ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਨਾਲ ਮੈਂ ਹਰ ਸ਼ਰਨ ਕੌਰ ਅੱਜ 13 ਅਪ੍ਰੈਲ ਹੈ ਦਿਨ ਸ਼ਨੀਚਰਵਾਰ ਹੈ ਨਾਨਕਸ਼ਾਹੀ ਸੰਮਤ 556 ਦੇ ਮੁਤਾਬਿਕ ਅੱਜ ਨਵਾਂ ਦੇਸੀ ਮਹੀਨਾ ਚੜ੍ਹ ਗਿਆ ਇੱਕ ਵਿਸਾਖ ਹੈ ਸਭ ਤੋਂ ਪਹਿਲਾਂ ਤੁਹਾਨੂੰ ਵਿਸਾਖੀ ਯਾਨੀ ਕਿ ਖਾਲਸਾ ਸਿਰਜਣਾ ਦਿਹਾੜੇ ਦੀਆਂ ਮੁਬਾਰਕਾਂ ਦਿੰਦੇ ਹਾਂ ਖਾਲਸੇ ਦਾ ਸਿਰਜਣਾ ਦਿਹਾੜਾ ਹਰ ਸਾਲ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਇੱਕ ਵਿਸਾਖ ਨੂੰ ਮਨਾਇਆ ਜਾਂਦਾ ਹੈ ਵਾਹਾ ਪ੍ਰਗਟਿਓ ਮਰਦ ਅਗੰਮਣਾ ਵਰਿਆਮ ਅਕੇਲਾ ਵਾਹ ਹੋਵਾ ਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਬੇਸ਼ੱਕ ਵਿਸਾਖ ਮਹੀਨੇ ਦੇ ਪਹਿਲੇ ਦਿਨ ਵਿਸਾਖੀ ਦਾ ਤਿਉਹਾਰ ਕਿਸਾਨਾਂ ਦੀ ਮਿਹਨਤ ਦੇ ਫਲ ਦੀਆਂ ਖੁਸ਼ੀਆਂ ਲੈ ਕੇ ਆਉਂਦਾ ਪਰ ਅੱਜ ਦਾ ਦਿਨ ਮਰਦ ਅਗੰਮੜੇ ਪਾਤਸ਼ਾਹ ਦੀ ਲਲਕਾਰ ਦੀ ਗੂੰਜ ਵੀ ਹਰ ਸਾਲ ਲੈ ਕੇ ਆਉਂਦਾ ਜਦੋਂ ਦਸਮੇਸ਼ ਪਿਤਾ ਨੇ ਆਪਣੇ ਸੱਚੇ ਆਸ਼ਕਾਂ ਦੇ ਸੀਸ ਭੇਂਟ ਲੈ ਕੇ ਸਾਰੀ ਕਾਇਨਾਤ ਨੂੰ ਆਪਣੇ ਨਾਦੀ ਪੁੱਤਰ ਖਾਲਸਾ ਸਾਜ ਕੇ ਸਭ ਤੋਂ ਮਹਿੰਗੀ ਸੌਗਾਤ ਦਿੱਤੀ ਸੀ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਤੋਂ ਇੱਕ ਅਗੰਮੀ ਨਿਰਾਲੇ ਚੋਸ ਦੇ ਖੇਡਾਂ ਕੀਤੀਆਂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸਾ ਸਾਜਿਆ ਸੀ ਉਹ ਖਾਲਸਾ ਜਿਹੜਾ ਲੱਖਾਂ ਕਰੋੜਾਂ ਦੇ ਵਿੱਚੋਂ ਕੱਲਾ ਵੱਖਰਾ ਖੜਾ ਦਿਸਦਾ ਉਦੋਂ ਤੋਂ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਖਾਲਸੇ ਦੀ ਧਰਤੀ ਕਿਹਾ ਜਾਂਦਾ ਹੈ ਦਸਮੇਸ਼ ਪਿਤਾ ਨੇ ਖਾਲਸਾ ਸਾਜ ਕੇ ਪੰਜ ਕਕਾਰ ਬਖਸ਼ੇ ਕਿਸ ਅਕਾਲ ਪੁਰਖ ਨੇ ਬਖਸ਼ੇ ਹੋਏ ਨੇ ਉਹਨਾਂ ਨੂੰ ਸਾਂਭ ਕੇ ਰੱਖਣਾ ਹੈ ਕੰਗਾ ਕੜਾ ਕਿਰਪਾਨ ਤੇ ਕਸ਼ੇਰਾਂ ਗੁਰੂ ਸਾਹਿਬ ਨੇ ਦਿੱਤੇ ਤੇ ਖਾਲਸੇ ਨੂੰ ਸੰਤ ਦੇ ਨਾਲ ਸਿਪਾਹੀ ਦਾ ਰਤਬਾ ਦਿੱਤਾ ਖਾਲਸਾ ਪੰਥ ਵਿੱਚ ਸਭ ਤੋਂ ਪਹਿਲਾਂ ਦਾਖਲਾ ਲੈਣ ਵਾਲੇ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਤੇ ਭਾਈ ਸਾਹਿਬ ਸਿੰਘ ਜੀ ਸਨ ਗੁਰੂ ਪਾਤਸ਼ਾਹ ਨੇ ਖੁਦ ਪੰਜ ਪਿਆਰਿਆਂ ਤੋਂ ਬਾਅਦ ਅੰਮ੍ਰਿਤ ਛਕਿਆ ਤੇ ਖਾਲਸਾ ਫੌਜ ਤਿਆਰ ਕੀਤੀ ਉਹ ਖਾਲਸਾ ਅੱਜ ਵੀ ਦੁਨੀਆ ਭਰ ਦੇ ਵਿੱਚ ਲੋੜਵੰਦਾਂ ਦੀ ਸੇਵਾ ਤੇ ਮਜ਼ਲੂਮਾਂ ਦੀ ਰੱਖਿਆ ਕਰਦਾ ਹੈ ਖਾਲਸੇ ਦੇ ਸਿਰਜਣਾ ਦਿਹਾੜੇ ਦੀਆਂ ਸਭ ਨੂੰ ਵਧਾਈਆਂ ਅੱਜ 13 ਅਪ੍ਰੈਲ ਨੂੰ ਖਾਲਸੇ ਦੇ ਸਿਰਜਣਾ ਦਿਹਾੜੇ ਵਿਸਾਖੀ ਮੌਕੇ ਪੂਰੇ ਪੰਜਾਬ ਦੇ ਵਿੱਚ ਸਰਕਾਰੀ ਛੁੱਟੀ ਹੈ ਸੂਬੇ ਦੇ ਸਾਰੇ ਸਕੂਲ ਕਾਲਜ ਵਿਦਿਅਕ ਅਦਾਰੇ ਤੇ ਹੋਰ ਵਪਾਰਿਕ ਅਦਾਰੇ ਅੱਜ ਬੰਦ ਰਹਿਣਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵੱਡਾ ਗੁਰਮਤ ਸਮਾਗਮ ਕਰਵਾਇਆ ਜਾ ਰਿਹਾ ਹੈ ਪਿਛਲੇ 2 ਦਿਨਾਂ ਤੋਂ ਲਗਾਤਾਰ ਸਮਾਗਮ ਚੱਲ ਰਹੇ ਨੇ ਕੱਲ ਨੂੰ ਨਿਹੰਗ ਸਿੰਘ ਫੌਜਾਂ ਦੇ ਵੱਲੋਂ ਮਹੱਲਾ ਵੀ ਕੱਢਿਆ ਜਾਊਗਾ ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸੰਗਤਾਂ ਨੂੰ ਆਦੇਸ਼ ਜਾਰੀ ਕੀਤਾ ਗਿਆ ਹੈ ਕਿ ਖਾਲਸਾ ਸਿਰਜਣਾ ਦਿਹਾੜੇ ਦੇ 325 ਸਾਲ ਪੂਰੇ ਹੋਣ ਤੇ ਅੱਜ ਹਰੇਕ ਸਿੱਖ ਆਪਣੇ ਘਰਾਂ ਤੇ ਖਾਲਸਾਈ ਨਿਸ਼ਾਨ ਚੁਲਾ ਕੇ ਖਾਲਸਾਈ ਜਾਹੋ ਜਲਾਲ ਦਾ ਪ੍ਰਗਟਾਵਾ ਕਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥੇਦਾਰ ਸਾਹਿਬ ਦੇ ਆਦੇਸ਼ ਨੂੰ ਇਨ ਬਿਨ ਮੰਨਦਿਆਂ ਐਸਜੀਪੀਸੀ ਅਧੀਨ ਇਤਿਹਾਸਿਕ ਗੁਰੂ ਘਰਾਂ ਦੇ ਵਿੱਚ ਸੰਗਤ ਲਈ ਕੇਸਰੀ ਝੰਡਿਆਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਦੋਂ ਸਿੱਖਾਂ ਨੇ ਆਪਣੇ ਘਰਾਂ ਤੇ ਕੇਸਰੀ ਨਿਸ਼ਾਨ ਚਲਾ ਦਿੱਤੇ ਨੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੱਜ ਤੜਕੇ 9 ਵਜੇ ਸੰਸਾਰ ਭਰ ਚ ਵਸਦੇ ਹਰੇਕ ਸਿੱਖ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਹਰੇਕ ਬੰਦੀ ਸਿੰਘ ਦੀ ਰਿਹਾਈ ਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੇ ਲਈ 5 ਮਿੰਟ ਗੁਰਮੰਤਰ ਤੇ ਮੂਲ ਮੰਤਰ ਦਾ ਜਾਪ ਕਰਕੇ ਅਰਦਾਸ ਕਰਨ ਦਾ ਸੁਨੇਹਾ ਵੀ ਭੇਜਿਆ ਗਿਆ ਹੈ ਖਾਲਸਾ ਸਿਰਜਣਾ ਦਿਹਾੜਾ ਮਨਾਉਣ ਦੇ ਲਈ ਸਿੱਖ ਸੰਗਤ ਦਾ ਜਥਾ ਅੱਜ ਪਾਕਿਸਤਾਨ ਵੀ ਰਵਾਨਾ ਹੋ ਗਿਆ ਐਸਜੀਪੀਸੀ ਦੀ ਅਗਵਾਈ ਵਿੱਚ ਜਾਣ ਵਾਲੇ ਇਸ ਜਥੇ ਦੇ ਵਿੱਚ 900 ਤੋਂ ਵੱਧ ਸ਼ਰਧਾਲੂ ਸ਼ਾਮਿਲ ਨੇ ਇਹ ਜਥਾ ਪਾਕਿਸਤਾਨ ਸਥਿਤ ਇਤਿਹਾਸਿਕ ਗੁਰਦੁਆਰਾ ਮੰਦਿਰ ਦਰਸ਼ਨਾਂ ਤੋਂ ਬਾਅਦ 22 April ਨੂੰ ਵਾਪਸ ਮੁਲਕ ਪਰਤੇਗਾ ਅਮਰੀਕਾ ਤੋਂ ਵੀ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਸਿੱਖਾਂ ਦੇ ਵੱਲੋਂ ਵਰਲਡ ਸਿੱਖ ਪਾਰਲੀਮੈਂਟ ਦੇ ਬੈਨਰ ਹੇਠ ਨਿਊਯਾਰਕ ਸਟੇਟ ਅਸੈਂਬਲੀ ਕੰਪਲੈਕਸ ਦੇ ਵਿੱਚ ਖਾਲਸਾ ਸਿਰਜਣਾ ਦਿਹਾੜਾ ਵਿਸਾਖੀ ਮਨਾਇਆ ਗਿਆ ਵਰਲਡ ਸਿੱਖ ਪਾਰਲੀਮੈਂਟ ਜਥੇਬੰਦੀ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਦੱਸਿਆ ਕਿ ਨਿਊਯਾਰਕ ਸਟੇਟ ਅਸੈਂਬਲੀ ਵਿੱਚ ਮਨਾਏ ਸਮਾਗਮ ਦੌਰਾਨ ਅਮਰੀਕਾ ਦੇ ਵੱਡੇ ਲੀਡਰਾਂ ਨੇ ਵੀ ਸ਼ਮੂਲੀਅਤ ਕੀਤੀ ਤੇ ਅਮਰੀਕਾ ਦੇ ਵੱਖ-ਵੱਖ ਸੂਬਿਆਂ ਵਿੱਚ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ ਵਜੋਂ ਤੇ ਅਪ੍ਰੈਲ ਮਹੀਨੇ ਨੂੰ ਸਿੱਖ ਐਪਰੀਸ਼ੀਏਸ਼ਨ ਤੇ ਅਵੇਰਨੈਸ ਮੰਥ ਵਜੋਂ ਮਨਾਇਆ ਜਾਂਦਾ ਹੈ ਖਾਲਸੇ ਦੇ ਜਨਮ ਦਿਹਾੜੇ ਮੌਕੇ ਅੱਜ ਹਰੇਕ ਖਾਲਸਾ ਜਿਸ ਨੇ ਅੰਮ੍ਰਿਤ ਪਾਨ ਕੀਤਾ ਹੈ ਉਹ ਬੜੇ ਉਤਸ਼ਾਹ ਦੇ ਨਾਲ ਖਾਲਸੇ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਕਬੂਲਦਾ ਹੈ ਤੇ ਦਿੰਦਾ ਵੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਸਮੇਤ ਸਾਰੀਆਂ ਧਾਰਮਿਕ ਸ਼ਖਸੀਅਤਾਂ ਨੇ ਵੀ ਖਾਲਸਾ ਪੰਥ ਨੂੰ ਸਿਰਜਣਾ ਦਿਹਾੜੇ ਦੀਆਂ ਵਧਾਈਆਂ ਭੇਟੀਆਂ ਨੇ ਤੇ ਨਾਲ ਹੀ ਪੰਜਾਬ ਸਮੇਤ ਭਾਰਤ ਦੇ ਸਾਰੇ ਸਿਆਸੀ ਲੀਡਰਾਂ ਨੇ ਵੀ ਖਾਲਸਾ ਪੰਥ ਨੂੰ ਇਸ ਦਿਹਾੜੇ ਦੀ ਵਧਾਈ ਦਿੰਦੀ ਹੈ ਸਾਡੇ ਵੱਲੋਂ ਵੀ ਸਭ ਨੂੰ ਖਾਲਸਾ ਦੇ ਸਿਰਜਣਾ ਦਿਹਾੜੇ ਦੀਆਂ ਵਧਾਈਆਂ ਅੱਜ ਵਿਸਾਖੀ ਵਾਲੇ ਦਿਨ ਮੌਸਮ ਦੀ ਭਵਿੱਖਬਾਣੀ ਵੀ ਖਾਸ ਹੈ ਮੌਸਮ ਵਿਭਾਗ ਨੇ ਪੂਰੇ ਪੰਜਾਬ ਦੇ ਵਿੱਚ ਅੱਜ ਮੀਂਹ ਪੈਣ ਦੀ ਭਵਿੱਖਬਾਣੀ ਜਾਰੀ ਕੀਤੀ ਹੈ ਤੜਕੇ ਤੋਂ ਹੀ ਮੌਸਮ ਬਦਲਿਆ ਬਦਲਿਆ ਵੀ ਦਿਖਾਈ ਦੇ ਰਿਹਾ ਹੈ ਪੰਜਾਬ ਹੀ ਨਹੀਂ ਪੰਜਾਬ ਸਮੇਤ ਉੱਤਰੀ ਭਾਰਤ ਦੇ ਕਈ ਸੂਬਿਆਂ ਦਾ ਮੌਸਮ ਅੱਜ ਤੋਂ ਬਦਲਣ ਦੀ ਭਵਿੱਖਬਾਣੀ ਆਈ ਹੈ ਪੰਜਾਬ ਦੇ ਨਾਲ ਹਰਿਆਣਾ ਰਾਜਸਥਾਨ ਜੰਮੂ ਕਸ਼ਮੀਰ ਹਿਮਾਚਲ ਯੂਪੀ ਮੱਧ ਪ੍ਰਦੇਸ਼ ਵਿੱਚ ਗਰਜ ਚਮਕ ਦੇ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਹੈ ਤੇ ਇਹ ਮੀਂਹ ਸਿਰਫ ਅੱਜ ਨਹੀਂ ਅੱਜ ਕੱਲ ਤੇ ਪਰਸੋਂ 15 ਅਪ੍ਰੈਲ ਤੱਕ ਜਾਰੀ ਰਹੇਗਾ ਕਿਤੇ ਹਲਕਾ ਕਿਤੇ ਤੇਜ਼ ਤੇ ਕਿਤੇ ਕਿਤੇ ਤੱਕ ਗੜੇਮਾਰੀ ਦੀ ਵੀ ਸੰਭਾਵਨਾ ਹੈ हिमाचल प्रदेश ਦੇ 7 ਜ਼ਿਲ੍ਹਿਆਂ ਦੇ ਲਈ ਵੀ yellow alert ਜਾਰੀ ਕੀਤਾ ਗਿਆ ਹੈ ਅੱਜ ਤੋਂ ਇੱਥੇ ਵੀ ਪੱਛਮੀ ਗੜਬੜੀ ਐਕਟਿਵ ਹੋ ਰਹੀ ਹੈ 72 ਘੰਟਿਆਂ ਦੇ ਵਿੱਚ ਮੀਂਹ ਦੇ ਨਾਲ ਗੜੇਮਾਰੀ ਤੇ 스노우ਫਾਲ ਦੀ ਵੀ ਭਵਿੱਖਬਾਣੀ ਹੈ। ਵੱਧ ਪ੍ਰਦੇਸ਼ ਦੇ ਵਿੱਚ ਵੀ ਅਗਲੇ 5 ਦਿਨ 25 ਜ਼ਿਲ੍ਹਿਆਂ ਦੇ ਵਿੱਚ ਮੀਂਹ ਦਾ ਅਲਰਟ ਹੈ। ਰਾਜਸਥਾਨ ਦੇ 16 ਜ਼ਿਲ੍ਹਿਆਂ ਦੇ ਵਿੱਚ ਕੱਲ ਤੋਂ ਲੈ ਕੇ ਹੀ ਮੀਂਹ ਤੇ ਹਨੇਰੀ ਦਾ ਅਲਰਟ ਸੀ। ਕੱਲ ਹਨੇਰੀ ਚੱਲਦੀ ਰਹੀ ਤੇ ਅੱਜ ਮੀਂਹ ਪੈ ਸਕਦਾ ਹੈ ਜਿਸ ਦੀ ਵਜ੍ਹਾ ਕਰਕੇ ਤਾਪਮਾਨ 3 ਡਿਗਰੀ ਹੇਠਾਂ ਆਵੇਗਾ। ਪੰਜਾਬ ਦੇ ਤਾਪਮਾਨ ਦੇ ਵਿੱਚ ਵੀ ਬਦਲਾਅ ਕੱਲ ਹੀ ਸ਼ੁਰੂ ਹੋ ਗਿਆ ਕੱਲ ਪੂਰੇ ਪੰਜਾਬ ਦੇ ਤਾਪਮਾਨ ਚ 2.3 ਡਿਗਰੀ ਦੀ ਵੱਡੀ ਕਮੀ ਦਰਜ ਕੀਤੀ ਗਈ ਸਿਆਸੀ ਸਰਗਰਮੀਆਂ ਦੀ ਗੱਲ ਕਰ ਲਈਏ ਤਾਂ ਕਾਂਗਰਸ ਦੇ ਵੱਲੋਂ ਅੱਜ ਵਿਸਾਖੀ ਮੌਕੇ ਪੰਜਾਬ ਦੇ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਸਕਦਾ ਹੈ ਪਹਿਲੀ ਸੂਚੀ ਅੱਜ ਐਲਾਨੇ ਜਾਣ ਦੀ ਸੰਭਾਵਨਾ ਹੈ ਦਿੱਲੀ ਵਿੱਚ ਕੱਲ ਪਾਰਟੀ ਦੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਵੀ ਸ਼ਾਮਿਲ ਹੋਏ ਸਕਰੀਨਿੰਗ ਕਮੇਟੀ ਦੇ ਚੇਅਰਮੈਨ ਭਗਤ ਚਰਨ ਦਾਸ ਦੀ ਅਗਵਾਈ ਚ ਹੋਈ ਮੀਟਿੰਗ ਵਿੱਚ ਪੰਜਾਬ ਮਾਮਲੇ ਦੇ ਇੰਚਾਰਜ ਦਿਵਿੰਦਰ ਯਾਦਵ ਵੀ ਮੌਜੂਦ ਸਨ ਕਾਂਗਰਸ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਵੀ ਅੱਜ ਸ਼ਨੀਵਾਰ ਨੂੰ ਸ਼ਾਮ 4 ਵਜੇ ਹੋਵੇਗੀ ਜਿਸ ਵਿੱਚ ਪੰਜਾਬ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਤੇ ਮੋਹਰ ਲੱਗ ਸਕਦੀ ਹੈ ਤੇ ਸ਼ਾਮ ਤੱਕ ਸੂਚੀ ਦਾ ਐਲਾਨ ਹੋ ਸਕਦਾ ਹੈ ਕਾਂਗਰਸ ਪਾਰਟੀ ਦੋ ਦੇ ਵਿੱਚੋਂ ਉਮੀਦਵਾਰਾਂ ਦਾ ਐਲਾਨ ਕਰੇਗੀ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੇ ਉਮੀਦਵਾਰਾਂ ਦਾ ਐਲਾਨ ਛੇਤੀ ਕਰਨ ਨੂੰ ਲੈ ਕੇ ਦਬਾਅ ਬਣਾਇਆ ਹੋਇਆ ਹੈ ਦਰਅਸਲ ਗੁਰਦਾਸਪੁਰ ਤੇ ਪਟਿਆਲਾ ਤੋਂ ਉਮੀਦਵਾਰਾਂ ਦੇ ਨਾਵਾਂ ਨੂੰ ਲੈ ਕੇ ਕਾਫੀ ਰੇੜਕਾ ਪਿਆ ਹੋਇਆ ਹੈ ਜਲੰਧਰ ਦੇ ਵਿੱਚ ਸਥਿਤੀ ਲਗਭਗ ਚੰਨੀ ਦੇ ਨਾਮ ਤੇ ਸਾਫ਼ ਹੋ ਚੁੱਕੀ ਹੈ ਲੁਧਿਆਣਾ ਅੰਮ੍ਰਿਤਸਰ ਅਤੇ ਅਨੰਦਪੁਰ ਸਾਹਿਬ ਦੀਆਂ ਸੀਟਾਂ ਨੂੰ ਲੈ ਕੇ ਵੀ ਪਿਛਲੇ ਦਿਨੀ ਰੌਲਾ ਰੱਪਾ ਜਹਾਂ ਸਾਹਮਣੇ ਆਇਆ ਸੀ ਪਰ ਪਤਾ ਲੱਗਿਆ ਕਿ ਇਹਨਾਂ ਸੀਟਾਂ ਤੇ ਤਕਰੀਬਨ ਤਕਰੀਬਨ ਪਾਰਟੀ ਫੈਸਲਾ ਲੈ ਚੁੱਕੀ ਹੈ ਸਭ ਦੀ ਸਹਿਮਤੀ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਪਹਿਲੀ ਸੂਚੀ ਦੇ ਵਿੱਚ ਅੱਜ 7 ਤੋਂ 8 ਉਮੀਦਵਾਰਾਂ ਦਾ ਐਲਾਨ ਹੋ ਸਕਦਾ ਹੈ ਸੰਗਰੂਰ ਤੋਂ ਸੁਖਪਾਲ ਸਿੰਘ ਖੈਰਾ ਤੇ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਦੇ ਨਾਮ ਕਹਿੰਦੇ ਫਾਈਨਲ ਹੋ ਚੁੱਕੇ ਨੇ ਟਿਆਲ ਦੇ ਵਿੱਚ ਟਕਸਾਲੀ ਕਾਂਗਰਸੀ ਲੀਡਰਾਂ ਦੀ ਬਗਾਵਤ ਦੇ ਬਾਵਜੂਦ ਡਾਕਟਰ ਧਰਮਵੀਰ ਗਾਂਧੀ ਉਮੀਦਵਾਰ ਹੋ ਸਕਦੇ ਨੇ ਲੁਧਿਆਣਾ ਤੋਂ ਭਾਰਤਪੂਰਨ ਆਸ਼ੂ ਉਮੀਦਵਾਰ ਬਣਾਏ ਜਾਣ ਦੀ ਗੱਲ ਚੱਲ ਰਹੀ ਹੈ ਜਦਕਿ ਅਮਰitsar ਤੋਂ ਔਜਲਾ ਜਾਂ ਓਪੀ ਸੋਨੀ ਦੋਵਾਂ 'ਚੋਂ ਇੱਕ ਨੂੰ ਹੀ ਉਮੀਦਵਾਰ ਬਣਾਇਆ ਜਾਊਗਾ ਰਾਣਾ ਗੁਰਜੀਤ ਸਿੰਘ ਦਾ ਪਰਿਵਾਰ ਅਨੰਦਪੁਰ ਸਾਹਿਬ ਤੋਂ ਟਕ ਲੜਨ ਦਾ ਇੱਛੁਕ ਹੈ ਪਰਮਨੀਸ਼ ਦਿਵਾੜੀ ਵੀ ਅਨੰਦਪੁਰ ਸਾਹਿਬ ਤੋਂ ਲੜਨਾ ਚਾਹੁੰਦੇ ਹੋਣਗੇ ਗੁਰਦਾਸਪੁਰ ਤੋਂ ਵੀ ਦੋ ਉਮੀਦਵਾਰ ਨੇ ਸੁਭਜਿੰਦਰ ਸਿੰਘ ਰੰਧਾਵਾ ਤੇ ਬਰਿੰਦਰ ਮੀਤ ਪਾੜਾ 'ਚੋਂ ਇੱਕ ਨੂੰ ਚੁਣਨਾ ਪਵੇਗਾ ਤੇ ਬਠਿੰਡਾ ਤੋਂ ਅਮਰਤਾ ਵੜਿੰਗ ਨੂੰ ਟਿਕਟ ਮਿਲਣ ਦੀ ਸੰਭਾਵਨਾ ਹੈ ਉਹਨਾਂ ਨੇ ਤਾਂ ਪ੍ਰਚਾਰ ਵੀ ਵਿੱਡ ਰੱਖਿਆ ਹੈ ਜੀਤਮਿੰਦਰ ਸਿੱਧੂ ਵੀ ਇੱਥੋਂ ਟਿਕਟ ਦੇ ਦਾਵੇਦਾਰ ਨੇ ਬਲਕੌਰ ਸਿੰਘ ਸਿੱਧੂ ਮੂਸੀਵਾਲੇ ਦੇ ਪਿਤਾ ਉਹਨਾਂ ਦਾ ਨਾਮ ਵੀ ਚਰਚਾ ਦੇ ਵਿੱਚ ਆਇਆ ਸੀ ਪਰ ਉਹਨਾਂ ਨੇ ਕੋਈ ਦਿਲਚਸਪੀ ਨਹੀਂ ਦਿਖਾਈ ਬਠਿੰਡਾ ਤੋਂ ਅਕਾਲੀ ਲੀਡਰ ਸਕੰਦਰ ਸਿੰਘ ਮਲੂਕਾ ਦੇ ਨੂੰ ਪੁੱਤ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਅਕਾਲੀ ਦਲ ਨੇ ਵੱਡੀ ਕਾਰਵਾਈ ਕੀਤੀ ਹੈ ਸੀਨੀਅਰ ਅਕਾਲੀ ਲੀਡਰ ਸਕੰਦਰ ਸਿੰਘ ਮਲੂਕਾ ਦੀ ਥਾਂ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਨੂੰ ਮੋੜ ਹਲਕੇ ਦਾ ਇੰਚਾਰਜ ਥਾਪ ਦਿੱਤਾ ਹੈ ਯਾਨੀ ਕਿ ਅਕਾਲੀ ਦਲ ਨੇ ਮਲੂਕਾ ਦੀ ਹਲਕਾ ਇੰਚਾਰਜ ਵਜੋਂ ਛੁੱਟੀ ਕਰ ਦਿੱਤੀ ਹੈ ਮਲੂਕਾ ਸ਼੍ਰੋਮਣੀ ਅਕਾਲੀ ਦਲ ਦੀ ਅਨਸ਼ਾਸਨੀ ਕਮੇਟੀ ਦੇ ਵੀ ਚੇਅਰਮੈਨ ਹਨ ਹੁਣ ਤੱਕ ਮੋੜ ਹਲਕੇ ਦੇ ਵੀ ਇੰਚਾਰਜ ਸਨ ਪਰ ਹੁਣ ਇੱਕ ਉਹਦਾ ਉਹਨਾਂ ਤੋਂ ਵਾਪਸ ਲੈ ਲਿਆ ਗਿਆ ਹੈ ਪਿੰਡ ਬਾਦਲ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਕੱਲ ਸਿੱਖੋਂ ਨੂੰ ਮੋੜ ਹਲਕੇ ਦਾ ਇੰਚਾਰਜ ਲਾਇਆ ਗਿਆ ਦੂਸਰੇ ਪਾਸੇ ਬੀਬੀ ਮਲੂਕਾ ਨੂੰ ਬਠਿੰਡਾ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਟਿਕਟ ਮਿਲਣਾ ਲਗਭਗ ਤੈ ਹੈ ਯਾਨੀ ਕਿ ਸਕੰਦਰ ਸਿੰਘ ਮਲੂਕਾ ਦੀ ਨੂੰ ਪਰਮਪਾਲ ਕੌਰ ਨੂੰ ਟਿਕਟ ਮਿਲਣਾ ਤੈ ਹੈ ਇਸੇ ਕਰਕੇ ਮਲੂਕਾ ਦੀ ਵਫਾਦਾਰੀ ਖਾਦਸ਼ਿਆਂ ਦਾ ਸ਼ਿਕਾਰ ਹੋ ਗਈ ਹੈ ਉਧਰ ਨਵੀਂ ਨਿਯੁਕਤੀ ਬਾਰੇ ਸੇਖੋਂ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਨੇ ਉਹਨਾਂ ਨੂੰ ਲੋਕ ਸਭਾ ਚੋਣਾਂ ਵਿੱਚ ਮੋੜ ਹਲਕੇ ਦਾ ਇੰਚਾਰਜ ਲਾਇਆ ਹੈ ਤੇ ਹਫ਼ਤੇ ਦੇ ਤਿੰਨ ਦਿਨ ਉਹ ਹਲਕਾ ਮੋੜ ਤੇ ਤਿੰਨ ਦਿਨ ਜੀਰਾ ਹਲਕੇ 'ਚ ਡਿਊਟੀ ਨਿਭਾਉਣਗੇ ਮੋੜ ਵਿੱਚ 65 ਪਿੰਡ ਨੇ ਲੋਕ ਸਭਾ ਚੋਣਾਂ ਤੱਕ ਸਾਰੇ ਹਲਕੇ ਨੂੰ ਤਿੰਨ ਚਾਰ ਵਾਰੀ ਕਵਰ ਕਰ ਲਿਆ ਜਾਊਗਾ ਸਕੰਦਰ ਸਿੰਘ ਮਲੂਕਾ ਵੀ ਕੱਲ ਤੱਕ ਚਰੀ ਦਮਦਮਾ ਸਾਹਿਬ ਮੱਥਾ ਟੇਕਣ ਪਹੁੰਚੇ ਪੱਤਰਕਾਰਾਂ ਦੇ ਸਵਾਲਾਂ ਦੇ ਇਸ ਮੌਕੇ ਮਲੂਕਾ ਨੇ ਗੋਲਮੋਲ ਜਵਾਬ ਹੀ ਦਿੱਤੇ ਮਲੂਕਾ ਨੂੰ ਜੋ ਲੋਕ ਸਭਾ ਚੋਣਾਂ ਬਾਰੇ ਪੁੱਛਿਆ ਗਿਆ ਤਾਂ ਪਹਿਲਾਂ ਤਾਂ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਬਾਅਦ ਵਿੱਚ ਕਿਹਾ ਕਿ ਅਕਾਲੀ ਦਲ ਦੇ ਹੱਕ ਵਿੱਚ ਵਧੀਆ ਮਾਹੌਲ ਬਣਿਆ ਹੋਇਆ ਕਹਿੰਦੇ ਮੈਂ ਆਪਦੇ ਪੁੱਤ ਤੇ ਨੂ ਨੂੰ ਰੋਕਣ ਦੀ ਕਾਫੀ ਕੋਸ਼ਿਸ਼ ਕੀਤੀ ਸੀ ਕਿ ਭਾਜਪਾ ਦੇ ਵਿੱਚ ਸ਼ਾਮਲ ਨਾ ਹੋਵੋ ਪਰ ਉਹਨਾਂ ਦੀ ਚੱਲੀ ਨਹੀਂ ਜਦੋਂ ਪੱਤਰਕਾਰਾਂ ਨੇ ਅੱਗੇ ਇਹ ਪੁੱਛ ਲਿਆ ਕਿ ਜੇ ਭਾਜਪਾ ਉਹਨਾਂ ਦੀ ਨੂੰ ਪਰਮਪਾਲ ਕੌਰ ਨੂੰ ਟਿਕਟ ਦਿੰਦੀ ਹੈ ਤਾਂ ਉਹ ਫਿਰ ਕਿਹਦੇ ਨਾਲ ਖੜਨਗੇ ਕਿਹਦੇ ਹੱਕ ਵਿੱਚ ਪ੍ਰਚਾਰ ਕਰਨਗੇ ਤਾਂ ਮਲੂਕਾ ਨੇ ਇੱਥੇ ਵੀ ਸਿੱਧਾ ਅਕਾਲੀ ਦਲ ਦੇ ਹੱਕ ਵਿੱਚ ਬਿਆਨ ਨਹੀਂ ਦਿੱਤਾ ਬਲਕਿ ਕਿਹਾ ਕਿ ਸਮਾਂ ਆਉਣ ਤੇ ਦੇਖੂਗਾ ਕੀ ਕਰਨਾ ਹੈ ਉਹ ਉਹਨਾਂ ਤੋਂ ਸਵਾਲ ਪੁੱਛੋ ਮੈਂ ਤਾਂ ਉਹਨਾਂ ਦੀ ਇੰਡੀਪੈਂਡੈਂਟ ਹੈ ਉਹ ਕਿਹੜੇ ਬੱਚੇ ਆ ਬਾਲਗ ਥੋੜਾ ਉਹਨਾਂ ਨਾਲ ਗੱਲ ਕਰ ਰੋ ਬੀਬੀ ਪਰਿਵਾਰ ਦੇ ਮੈਂਬਰ ਸੀ ਤੁਹਾਡੇ ਨਾਲ ਕੋਈ ਗੱਲ ਇਹ ਹੈਗੇ ਹੁਣ ਵੀ ਸਾਡੇ ਪਰਿਵਾਰ ਦੇ ਮੈਂਬਰੀ ਹੈ ਉਹਨਾਂ ਕਿਹਦਾ ਬਾਹਰ ਮੈਂਬਰੀ ਤੇ ਠੀਕ ਹੈ ਮੈਂਬਰੀ ਨਹੀਂ ਨਹੀਂ ਕੋਈ ਪਰਿਵਾਰ ਦੇ ਤੌਰ ਤੇ ਜੇ ਕੋਈ ਕਰਦਾ ਹੈ ਤੇ ਮੈਂ ਉਹ ਤਾਂ ਸਾਰਿਆਂ ਦੇ ਸਾਹਮਣੇ ਜੇ ਕੋਈ ਲੁਕលਪੇਟੀ ਦੀ ਗੱਲ ਹੈ ਨਹੀਂਗੀ ਜੇ ਕਹੇਗੀ ਵੀ ਕੋਈ ਲੁਕលਪੇਟੀ ਹੈ ਨਹੀਂ ਮੈਂ ਤਾਂ ਰੋਕਿਆ ਸੀ ਵੀ ਨਾ ਜਾਓ ਅੱਛਾ ਜੀ ਮੈਂ ਕੱਗਲੇ ਬੱਚੇ ਦੀ ਮਰਜ਼ੀ ਹੈ ਮੈਂ ਤਾਂ ਅੱਜ ਵੀ ਕਹਿਣਾ ਵੀ ਮੈਂ ਤਾਂ ਅੱਜ ਵੀ ਕਹਿਣਾ ਟਿਕਟ ਦੰਦੇ ਆ ਜੀ ਫਿਰ ਪ੍ਰਚਾਰ ਕਿੰਨਾ ਟਿਕਟ ਦੰਦ ਚਲੋ ਵੇਖੀ ਜਉ ਦੇਣਗੇ ਨਹੀਂ ਦੇਣਗੇ ਕੀ ਕਰਨਗੇ ਜਦੋਂ ਇਹ ਹਾਲਾਤ ਹੋਣਗੇ ਉਹਦੇ ਚ ਵੇਖਾਂਗੇ ਆਜੂਗਾ ਸਮਾਂ ਉਹਦਾ ਜਵਾਬ ਦੇਵਾਂਗੇ ਤੁਹਾਨੂੰ ਮੈਂ ਕੋਈ ਗੱਲ ਨਹੀਂ ਫਿਰ ਕੇ ਪਾਰਟੀ ਆ ਭਾਵੇਂ ਕਿਸੇ ਨੂੰ ਚੇਂਜ ਕਰ ਸਕਦੀ ਹੈ ਸੁਖਵੀਰ ਜੀ ਪ੍ਰਧਾਨ ਹੈ ਪਾਰਟੀ ਦੇ ਮਾਲਕ ਨੇ ਕਿਸੇ ਨੂੰ ਵੀ ਲਾ ਸਕਦੇ ਆ ਉਹਨਾਂ ਦਾ ਅਧਿਕਾਰ ਹੈ ਉਹਦੇ ਤੇ ਸਾਡੇ ਕਿੰਤੂ ਪਰੰਤੂ ਥੋੜਾ ਕੋਈ ਮੈਂ ਕਿਹ ਸਵਾਲ ਉਹਦੇ ਕਰਿਓ ਮੈਂ ਕਾਲੀ ਦਲ ਚ ਹੈਗਾ ਤੇ ਜਦੋਂ ਮੈਂ ਗਿਆ ਉਦੋਂ ਸਵਾਲ ਕਰਨਾ ਐਵੇਂ ਮੈਨੂੰ ਭੇਜੀ ਜਾਂਦੇ ਮੱਲੋ ਮੱਲੀ ਤੁਸੀਂ ਲੋਕ ਮੈਂ ਟੈਂਕ ਯੂ ਤੇ ਉਧਰ ਖਬਰ ਇਹ ਵੀ ਮਿਲ ਰਹੀ ਹੈ ਕਿ ਬੀਜੇਪੀ ਦੇ ਵੱਲੋਂ ਪਰਮਪਾਲ ਕੌਰ ਮਲੂਕਾ ਦੀ ਬਠਿੰਡਾ ਹਲਕੇ ਤੋਂ ਟਿਕਟ ਫਾਈਨਲ ਕਰ ਦਿੱਤੀ ਗਈ ਹੈ ਸਿਰਫ ਰਸਮੀ ਐਲਾਨ ਹੋਣਾ ਬਾਕੀ ਹੈ ਪਿਛਲੇ ਦਿਨੀ ਨਾਬਾ ਦੇ ਸਰਕਾਰੀ ਰੁਪਦਮਨ ਕਾਲਜ ਦੇ ਵਿੱਚ ਇੱਕ ਵਿਦਿਆਰਥੀ ਦੇ ਨਾਲ ਜਿਹੜੀ ਸਮੂਹਿਕ ਜ਼ਬਰਜਨਾਹ ਦੀ ਘਟਨਾ ਵਾਪਰੀ ਸੀ ਉਸ ਵਿੱਚ ਪੰਜਾਬ ਸਰਕਾਰ ਨੇ ਸਖਤ ਐਕਸ਼ਨ ਲੈਂਦਿਆਂ ਉੱਚ ਪੱਧਰੀ ਜਾਂਚ ਕਮੇਟੀ ਕਾਇਮ ਕਰ ਦਿੱਤੀ ਹੈ। ਸਰਕਾਰ ਦੇ ਆਦੇਸ਼ਾਂ ਤੇ ਉਚੇਰੀ ਸਿੱਖਿਆ ਵਿਭਾਗ ਨੇ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਜਿਸ ਵਿੱਚ ਸਿੱਖਿਆ ਵਿਭਾਗ ਨਾਲ ਸੰਬੰਧਿਤ ਇੱਕ ਡਿਪਟੀ ਡਾਇਰੈਕਟਰ ਤੇ ਦੋ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹਨਾਂ ਨੇ ਕੱਲ ਆਪਣੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਪਟਿਆਲਾ ਦੇ ਐਸਪੀ ਸਿਟੀ ਸਰਫਰਾਜ਼ ਆਲਮ ਨੇ ਵੀ ਕੱਲ ਪੁਲਿਸ ਲਾਈਨ ਪਟਿਆਲਾ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਇਸ ਮਾਮਲੇ 'ਚ ਤੀਸਰੇ ਤੇ ਆਖਰੀ ਮੁਲਜ਼ਮ ਹੈਰੀ ਵਾਸੀ ਪਿੰਡ ਬਿਰੜਵਾਲ ਨੂੰ ਵੀ ਕਾਬੂ ਕਰ ਲਿਆ ਗਿਆ ਜਦਕਿ ਦਵਿੰਦਰ ਸਿੰਘ ਤੇ ਰਵਨੀਤ ਦਾਸ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਇਸ ਦਰਮਿਆਨ ਇੱਕ ਸਭ ਤੋਂ ਵੱਡੀ ਗੱਲ ਨਿਕਲ ਕੇ ਇਹ ਸਾਹਮਣੇ ਆਈ ਹੈ ਕਿ ਇਹ ਤਿੰਨੇ ਹੀ ਇਸ ਕਾਲਜ ਦੇ ਯਾਨੀ ਕਿ ਰਿਪਦਮਨ ਕਾਲਜ ਦੇ ਵਿਦਿਆਰਥੀ ਨਹੀਂ ਸਨ ਇਹ ਬਾਹਰਲੇ ਸਨ ਇਹਨਾਂ ਨੇ ਕਾਲਜ ਦੇ ਅੰਦਰ ਵੜ ਕੇ ਕਾਲਜ ਦੇ ਕਲਾਸਰੂਮ ਦੇ ਵਿੱਚ ਲੜਕੀ ਦੇ ਨਾਲ ਇਸ ਕੁਕਰਮ ਨੂੰ ਅੰਜਾਮ ਦਿੱਤਾ ਤੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਗਠਿਤ ਕੀਤੀ ਗਈ ਕਮੇਟੀ ਜਾਂਚ ਰਿਪੋਰਟ ਸਿੱਧਾ ਸਰਕਾਰ ਨੂੰ ਸੌਂਪੇਗੀ। ਜ਼ਾਹਿਰ ਤੌਰ ਤੇ ਕਾਲਜ ਦੇ ਵਿੱਚ ਹੀ ਵਾਪਰੀ ਸਮੂਹਿਕ ਜ਼ਬਰਜਨਾਹ ਦੀ ਇਸ ਘਟਨਾ ਨੇ ਪੰਜਾਬ 'ਚ ਲੜਕੀਆਂ ਦੇ ਖਾਸ ਤੌਰ ਤੇ ਕਾਲਜਾਂ ਦੇ ਵਿੱਚ ਸਕੂਲਾਂ ਦੇ ਵਿੱਚ ਪੜ੍ਹਦੀਆਂ ਵਿਦਿਆਰਥਣਾਂ ਦੇ ਸੁਰੱਖਿਅਤ ਹੋਣ ਦੇ ਦਾਅਵਿਆਂ ਦੀ ਪੋਲ ਖੋਲੀ ਹੈ। ਸਰਕਾਰੀ ਕਾਲਜ ਦੇ ਵਿੱਚ ਅਜਿਹੀ ਘਟਨਾ ਦੇ ਸਾਹਮਣੇ ਆਉਣ ਨਾਲ ਮਾਪਿਆਂ ਦੇ ਮਨਾਂ ਵਿੱਚ ਵੀ ਕੁੜੀਆਂ ਦੀ ਕਾਲਜਾਂ ਵਿੱਚ ਸੁਰੱਖਿਆ ਪ੍ਰਤੀ ਚਿੰਤਾ ਵਧ ਗਈ ਹੈ ਇਹ ਸ਼ਰਮਨਾਕ ਘਟਨਾ 27 ਮਾਰਚ ਨੂੰ ਦਿਨੇ 12 ਵਜੇ ਵਾਪਰੀ ਉਸ ਵਕਤ ਕਾਲਜ ਦੇ ਵਿੱਚ ਪੂਰੀ ਚਹਿਲ ਪਹਿਲ ਵੀ ਸੀ ਪੁਲਿਸ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਤਿੰਨੇ ਮੁਲਜ਼ਮ ਕਾਲਜ ਦੇ ਵਿਦਿਆਰਥੀ ਵੀ ਨਹੀਂ ਸਨ ਪਰ ਕਾਲਜ ਦੇ ਵਿੱਚ ਹੀ ਆਪਣੀ ਮਰਜ਼ੀ ਨਾਲ ਦਾਖਲ ਹੋ ਗਏ ਸਨ ਜਦਕਿ ਕਾਲਜ ਦੇ ਵਿੱਚ ਜਦੋਂ ਵੀ ਕੋਈ ਬਾਹਰਲਾ ਵਿਅਕਤੀ ਦਾਖਲ ਹੁੰਦਾ ਹੈ ਤਾਂ ਉਸ ਦਾ ਨਾਮ ਤੇ ਪਤਾ ਦਰਜ ਕਰਵਾਉਣਾ ਜ਼ਰੂਰੀ ਹੁੰਦਾ ਪਰ ਰਿਪਦਵਨ ਕਾਲਜ ਦੇ ਵਿੱਚ ਅਜਿਹੀ ਵੇਰਵੇ ਦਰਜ ਕਰਨ ਦੇ ਲਈ ਕੋਈ ਰਜਿਸਟਰ ਹੀ ਨਹੀਂ ਹੈ ਕਾਲਜ ਦੇ ਦਫਤਰ ਦੇ ਬਾਹਰ ਲੱਗੇ ਕੈਮਰੇ ਵੀ ਸਹੀ ਕੰਮ ਨਹੀਂ ਕਰਦੇ ਇਹ ਵੀ ਸੂਤਰ ਦੱਸਦੇ ਨੇ ਘਟਨਾ ਤੋਂ ਪਹਿਲਾਂ ਕਾਲਜ ਵਿੱਚ ਸਿਰਫ ਦੋ ਸੁਰੱਖਿਆ ਕਰਮਚਾਰੀ ਕੰਮ ਕਰਦੇ ਸਨ ਜਿਹੜੇ ਹੁਣ ਵਧਾ ਕੇ ਤਿੰਨ ਕਰ ਦਿੱਤੇ ਗਏ ਨੇ ਇਸ ਸਬੰਧੀ ਕਾਲਜ ਦੀ ਪ੍ਰਿੰਸੀਪਲ ਹਰਤੇਜ कौर ਨੇ ਦੱਸਿਆ ਕਿ ਘਟਨਾ ਦੀ ਪੜਤਾਲ ਕਰਨ ਦੇ ਲਈ ਉਹਨਾਂ ਨੇ ਵੀ ਆਪਣੇ ਪੱਧਰ ਤੇ ਸੱਤ ਮੈਂਬਰੀ ਕਮੇਟੀ ਬਣਾਈ ਹੈ ਜਿਹੜੀ ਜਾਂਚ ਪੂਰੀ ਕਰਨ ਤੋਂ ਬਾਅਦ ਰਿਪੋਰਟ ਸੌਂਪੇਗੀ ਵੀਰਵਾਰ ਨੂੰ ਹਰਿਆਣਾ ਦੇ ਮਹਿੰਦਰਗੜ੍ਹ ਦੇ ਵਿੱਚ ਜਿਹੜਾ ਦਰਦਨਾਕ ਸਕੂਲੀ ਬੱਸ ਨਾਲ ਹਾਦਸਾ ਵਾਪਰਿਆ ਸੀ 6 ਬੱਚਿਆਂ ਦੀ ਦਰਦਨਾਕ ਤਰੀਕੇ ਦੇ ਨਾਲ ਜਾਨ ਚਲੀ ਗਈ ਸੀ ਤੇ ਜਿਹੜੇ ਮਹਿੰਦਰਗੜ੍ਹ ਦੇ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਸਨ ਉਹ CBSE ਦੇ ਨਾਲ ਸਬੰਧਿਤ ਹੈ ਤੇ ਹੈਰਾਨੀਜਨਕ ਗੱਲ ਇਹ ਪਤਾ ਲੱਗੀ ਹੈ ਕਿ CBSE ਕੋਲ ਸੜਕਾਂ ਤੇ ਵਿਦਿਆਰਥੀਆਂ ਦੀ ਸੁਰੱਖਿਆ ਪ੍ਰਤੀ بے ਧਿਆਨੀ ਲਈ ਸਿੱਖਿਆ ਸੰਸਥਾਵਾਂ ਨੂੰ ਸਜ਼ਾ ਦੇਣ ਦੀ ਕੋਈ ਤਾਕਤ ਹੀ ਨਹੀਂ ਹੈ CBSE ਸਿਰਫ ਸਕੂਲਾਂ ਦੇ ਵਿਦਿਅਕ ਪੈਮਾਨਿਆਂ ਨੂੰ ਲੈ ਕੇ ਹੀ ਕਾਰਵਾਈ ਕਰਦਾ ਹੈ ਉਧਰ ਹਰਿਆਣਾ ਦੇ ਮੁੱਖ ਸਕੱਤਰ ਟੀਵੀਐਸ ਐਨ ਪ੍ਰਸਾਦ ਨੇ ਅਗਲੇ 10 ਦਿਨਾਂ ਦੇ ਵਿੱਚ ਸੂਬੇ ਦੀ ਹਰੇਕ ਸੂਬੇ ਦੇ ਹਰੇਕ ਸਕੂਲ ਦੀ ਬੱਸ ਦੀ ਪੜਤਾਲ ਕਰਨ ਦੇ ਹੁਕਮ ਦਿੱਤੇ ਨੇ ਇਸ ਹਾਦਸੇ ਤੋਂ ਬਾਅਦ ਇੱਕ ਵੱਡਾ ਸਵਾਲ ਇਹ ਵੀ ਉੱਠਿਆ ਸੀ ਕਿ ਈਦ ਵਾਲੇ ਦਿਨੇ ਹਾਦਸਾ ਵਾਪਰਿਆ ਪਰ ਈਦ ਦੇ ਬਾਵਜੂਦ ਵੀ ਸਕੂਲ ਕਿਉਂ ਖੁੱਲਾ ਰੱਖਿਆ ਗਿਆ ਸੀ ਇਸ ਸਵਾਲ ਦੇ ਜਵਾਬ ਦੇ ਵਿੱਚ CBSE ਦੇ ਅਧਿਕਾਰੀ ਨੇ ਦੱਸਿਆ ਕਿ ਸਕੂਲੀ ਬੱਚਿਆਂ ਨੂੰ ਲਿਜਾਣ ਵਾਲੀਆਂ ਬੱਸਾਂ ਦੀ ਫਿਟਨੈਸ ਯਕੀਨੀ ਬਣਾਉਣਾ ਸੂਬੇ ਦੇ ਖੇਤਰੀ ਟਰਾਂਸਪੋਰਟ ਦਫ਼ਤਰ ਦੀ ਜ਼ਿੰਮੇਵਾਰੀ ਹੁੰਦੀ ਹੈ। ਸਿੱਖਿਆ ਵੀ ਕਿਸੇ ਸੂਬੇ ਨਾਲ ਸੰਬੰਧਿਤ ਹੀ ਮਸਲਾ ਹੈ। ਸੂਬੇ ਵਿੱਚ ਸਕੂਲਾਂ ਦੇ ਖੁੱਲਣ ਤੇ ਬੰਦ ਹੋਣ ਦਾ ਸਮਾਂ ਉਹੀ ਤੈਅ ਕਰਦੇ ਨੇ। CBSE ਦੀ ਮਾਨਤਾ ਤਹਿਤ ਸਕੂਲ ਦੇ ਵਿੱਚ ਲੈਬ, ਕਲਾਸਿਸ, ਸਿੱਖਿਆ ਪੈਮਾਨੇ, ਪ੍ਰੀਖਿਆ ਨਿਯਮ ਤੇ ਆਦਿ ਆਪਕਾਂ ਦੀ ਸਿਖਲਾਈ ਬਾਰੇ ਨਿਯਮ ਹੀ ਆਉਂਦੇ ਨੇ। ਬੋਰਡ ਦੇ ਅਧਿਕਾਰੀ ਨੇ ਇਹ ਵੀ ਕਿਹਾ ਕਿ ਨਿੱਜੀ ਬੱਸਾਂ ਦੇ ਫਿਟਨੈਸ ਸਰਟੀਫਿਕੇਟ ਦੀ ਸਮਾਂ ਸੀਮਾ ਖਤਮ ਹੋਣ ਤੇ ਸਿਸਟਮ ਨੂੰ ਸਾਫਟਵੇਅਰ ਵਿਕਸਿਤ ਕਰਨ ਦੀ ਤੁਰੰਤ ਲੋੜ ਹੈ ਸੋ ਇਸ ਵੱਡੇ ਹਾਦਸੇ ਤੋਂ ਬਾਅਦ ਹੋ ਸਕਦਾ ਹੈ ਕਿ CBSE ਹੁਣ ਵਿਦਿਆਰਥੀਆਂ ਦੀ ਸੜਕਾਂ ਤੇ ਸੁਰੱਖਿਆ ਨੂੰ ਲੈ ਕੇ ਵੀ ਕੋਈ ਪੈਮਾਨਾ ਤਿਆਰ ਕਰੇ ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੇ دہشت گردਾਂ ਦੀ ਭਰਤੀ ਉਹਨਾਂ ਨੂੰ ਫੰਡਿੰਗ ਦੇਣ ਤੇ ਸਹਾਇਤਾ ਕਰਨ ਦੇ ਦੋਸ਼ੇ 'ਟ ਜਰਮਨੀ ਦੇ ਰਹਿਣ ਵਾਲੇ ਪ੍ਰਪ੍ਰੀਤ ਸਿੰਘ ਸਿੱਧੂ ਨੂੰ ਦਿੱਲੀ ਦੇ ਇੰਦਰਾ ਗਾਂਧੀ ਕੋਮਾਂਤਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਹੈ ਇਸ ਦੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਖੁਦ ਦਿੱਤੀ ਤੇ ਦੱਸਿਆ ਕਿ ਪੰਜਾਬ ਪੁਲਿਸ ਨੇ ਪ੍ਰਪ੍ਰੀਤ ਸਿੰਘ ਨੂੰ ਇੱਕ ਕੇਸ ਵਿੱਚ ਨਾਮਜ਼ਦ ਕਰਨ ਤੋਂ ਬਾਅਦ ਉਸ ਦੀ ਗ੍ਰਿਫਤਾਰੀ ਲਈ ਬਿਊਰੋ ਆਫ ਇਮੀਗ੍ਰੇਸ਼ਨ ਨਵੀਂ ਦਿੱਲੀ ਰਾਹੀਂ ਉਸ ਦੇ ਖਿਲਾਫ ਐਲਓਸੀ ਯਾਨੀ ਕਿ ਲੁੱਕਆਊਟ ਸਰਕੂਲਰ ਜਾਰੀ ਕਰਵਾਇਆ ਸੀ ਇਸ ਤੋਂ ਬਾਅਦ ਆਈਜੀਆਈ 에어ਪੋਰਟ ਦਿੱਲੀ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਪੁਲਿਸ ਨੂੰ ਪ੍ਰਪ੍ਰੀਤ ਸਿੰਘ ਨੂੰ ਹਿਰਾਸਤ ਵਿੱਚ ਲੈਣ ਬਾਰੇ ਸੂਚਿਤ ਕੀਤਾ ਤੇ ਫਿਰ ਐਸਐਸਓਸੀ ਅਮਰਸਰ ਦੀ ਟੀਮ ਦਿੱਲੀ ਪਹੁੰਚੀ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਪ੍ਰਪ੍ਰੀਤ 2017 ਵਿੱਚ ਪੋਲੈਂਡ ਗਿਆ ਸੀ, 2020 ਵਿੱਚ ਜਰਮਨੀ ਚਲਾ ਗਿਆ। ਜਰਮਨੀ ਦੇ ਵਿੱਚ ਉਸ ਨੇ ਸਿਆਸੀ ਸ਼ਰਨ ਦੇ ਲਈ ਅਰਜ਼ੀ ਦਿੱਤੀ ਤੇ ਪੱਕੀ ਰਿਹਾਇਸ਼ ਹਾਸਲ ਕੀਤੀ। ਪੁਲਿਸ ਨੇ ਕੱਲ ਹੀ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ 15 ਅਪ੍ਰੈਲ ਤੱਕ ਪੁਲਿਸ ਰਿਮਾਂਡ ਹਾਸਲ ਕਰ ਲਿਆ। ਕੌਮੀ ਜਾਂਚ ਏਜੰਸੀ ਵੱਲੋਂ ਫਿਰੋਜ਼ਪੁਰ ਦੇ ਥਾਣਾ ਮਮਦੋਟ ਅਧੀਨ ਪੈਂਦੇ ਪਿੰਡ ਝੌਂਕ ਨੌਤ ਸਿੰਘ ਵਾਲਾ ਦੇ ਵਿੱਚ ਸਥਿਤ ਇੱਕ ਨੌਜਵਾਨ ਦੀ ਮਾਲਕੀ ਵਾਲੀ ਜ਼ਮੀਨ ਨੂੰ ਜ਼ਬਤ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਐਨਆਈਏ ਨੇ ਇਸ ਜ਼ਮੀਨ ਦੇ ਉੱਤੇ ਨੋਟਿਸ ਵੀ ਚਿਪਕਾ ਦਿੱਤੇ ਨੇ ਜਾਇਦਾਦ ਜ਼ਬਤ ਕਰਨ ਦਾ ਨੋਟਿਸ ਕਈ ਅਖਬਾਰਾਂ ਦੇ ਵੱਲੋਂ ਰਮਨਦੀਪ ਸਿੰਘ ਨੂੰ ਖਾਲਿਸਤਾਨੀ دہشت ਗਰਦ ਕਿਹਾ ਗਿਆ ਹੈ ਪਾਰੇ ਇਲਾਕੇ ਦੇ ਲੋਕ ਦੱਸਦੇ ਨੇ ਕਿ ਰਮਨਦੀਪ ਸਿੰਘ ਦਾ ਭਰਾ ਗਗਨਦੀਪ ਸਿੰਘ ਖਾਲਿਸਤਾਨੀ ਗਤੀਵਿਧੀਆਂ ਦੇ ਨਾਲ ਜੁੜਿਆ ਹੋਇਆ ਹੈ ਇਸੇ ਕਰਕੇ ਗਗਨਦੀਪ ਦੇ ਭਰਾ ਰਮਨਦੀਪ ਦੀ ਕਰੀਬ 4 ਏਕੜ ਜ਼ਮੀਨ ਜ਼ਬਤ ਕਰ ਲਈ ਗਈ ਹੈ ਫਿਰੋਜ਼ਪੁਰ ਦੇ ਪਿੰਡ ਟਿੱਬੀ ਕਲਾਂ ਤੇ ਝੋਕ ਨੌਧ ਸਿੰਘ ਵਿਚ ਲੀਆਂ 31 ਕਨਾਲਾਂ 9 ਮਰਲੇ ਤੇ 4 ਸਰਸਾਹੀ ਜ਼ਮੀਨਾਂ ਕੁਰਕ ਕੀਤੀਆਂ ਨੇ। ਅਦਾਲਤ ਨੇ ਰਮਨਦੀਪ ਸਿੰਘ ਨੂੰ 27 ਜੁਲਾਈ 2023 ਨੂੰ ਪਗੋੜਾ ਵੀ ਕਰਾਰ ਦਿੱਤਾ ਸੀ। ਐਨਆਈਏ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਖਾਲਿਸਤਾਨੀ ਪੱਖੀ ਗੈਂਗਸਟਰ دہشتਗਰਦ ਗੱਠਜੋੜ ਕੇਸ ਦੇ ਵਿੱਚ ਨਕੇਲ ਕੱਸਦਿਆਂ ਕੌਮੀ ਜਾਂਚ ਏਜੰਸੀ ਨੇ ਰਮਨਦੀਪ ਸਿੰਘ ਉਰਫ ਰਮਨਦੀਆ ਪੰਜਾਬ ਚ ਅਚਲ ਜਾਇਦਾਦਾਂ ਜ਼ਬਤ ਕੀਤੀਆਂ ਨੇ। ਰਮਨਦੀਪ ਖਿਲਾਫ 4 ਅਪ੍ਰੈਲ ਨੂੰ ਐਨਆਈਏ ਦੀ ਪਟਿਆਲਾ ਹਾਊਸ ਕੋਰਟ ਨੇ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਦੀ ਧਾਰਾ 33(5) ਤਹਿਤ ਫੈਸਲਾ ਦਿੰਦਿਆਂ ਗੁਰੂ ਰਾਮਦਾਸ ਨਗਰ ਫਿਰੋਜ਼ਪੁਰ ਦੇ ਵਸਨੀਕ ਦੀ ਪਿੰਡ ਚੌਕ ਨੋਦ ਸਿੰਘ ਵਾਲਾ ਵਿਖੇ ਕਰੀਬ 4 ਏਕੜ ਜ਼ਮੀਨ ਨੂੰ ਜ਼ਬਤ ਕਰਨ ਦੇ ਹੁਕਮ ਜਾਰੀ ਕੀਤੇ ਸੀ ਜਿਸ ਤੋਂ ਬਾਅਦ ਜਾਂਚ ਏਜੰਸੀ ਦੀ ਟੀਮ ਕੱਲ ਪਿੰਡ ਪਹੁੰਚੀ ਇਸ ਜ਼ਮੀਨ ਤੇ ਜ਼ਬਤੀ ਦਾ ਬੋਰਡ ਲਾ ਦਿੱਤਾ ਪਤਾ ਲੱਗਿਆ ਕਿ ਰਮਨਦੀਪ ਇਸ ਵਕਤ ਵਿਦੇਸ਼ ਦੇ ਵਿੱਚ ਹੈ ਉਧਰ ਜਲੰਧਰ ਪੁਲਿਸ ਨੇ ਜੈਪਾਲ ਭੁੱਲਰ ਗਰੋ ਨਾਲ ਜੁੜੇ ਕ੍ਰਾਸ ਬਾਰਡਰ ਡਰੱਗ ਗੈਂਗਸਟਰ ਰੈਕਡ ਦਾ ਪਰਦਾਫਾਸ਼ ਕਰਦਿਆਂ ਇੱਕ ਵਿਅਕਤੀ ਨੂੰ 3 ਕਿਲੋ ਹੈਰੋਇਨ ਅਤੇ ਹਥਿਆਰਾਂ ਸਣੇ ਕਾਬੂ ਕੀਤਾ ਹੈ ਪੁਲਿਸ ਕਮਿਸ਼ਨਰ ਸੁਆਪਨ ਸ਼ਰਮਾ ਨੇ ਇਸ ਦੀ ਜਾਣਕਾਰੀ ਦਿੱਤੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਪਰਮਬੰਦ ਸਿੰਘ ਬੰਟੀ ਰੁਮਾਣਾ ਨੇ ਕੱਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਉਹ ਕਾਂਗਰਸ ਲੀਡਰ ਸੁਖਪਾਲ ਖਹਿਰਾ ਵੱਲੋਂ ਉਹਨਾਂ ਖਿਲਾਫ ਮਕਦਮਾ ਨਾ ਚਲਾਉਣ ਲਈ ਕੀਤੇ ਗੁਪਤ ਸਮਝੌਤੇ ਨੂੰ ਜਨਤਕ ਕਰਨ। ਕਹਿੰਦੇ ਆម ਆਦਮੀ ਪਾਰਟੀ ਕਾਂਗਰਸ ਤੇ ਬੀਜੇਪੀ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਖਿਲਾਫ ਸਾਂਝਾ ਗੱਠ ਜੋੜ ਬਣਾਇਆ ਜਾ ਰਿਹਾ ਹੈ ਤੇ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ 'ਚ ਲਿਖ ਕੇ ਦਿੱਤਾ ਹੈ ਕਿ ਉਹ 2015 ਦੇ ਨਸ਼ਾ ਤਸਕਰੀ ਕੇਸ ਵਿੱਚ ਸੁਖਪਾਲ ਖਹਿਰਾ ਖਿਲਾਫ ਕਾਰਵਾਈ ਨਹੀਂ ਕਰੇਗੀ। ਹਾਲਾਂਕਿ ਇਹ ਕ ਦਾ ਵੀ ਦਾਵਾ ਕੀਤਾ ਹੈ ਉਹਨਾਂ ਨੇ ਕਿ ਸਾਰਾ ਕੁਝ ਇੰਡੀਆ ਗੱਠ ਛੁੱਟ ਕਰਕੇ ਹੋ ਰਿਹਾ ਹੈ ਪੰਜਾਬ ਦੀ ਪੁਲਿਸ ਹੁਣ ਹਿਮਾਚਲ ਪੁਲਿਸ ਤੋਂ ਕੇਸਾਂ ਦੀ ਤਫਤੀਸ਼ ਕਰਨ ਦੇ ਗੁਰ ਸਿੱਖੇਗੀ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਦੇ ਵੱਲੋਂ 520 ਮੁਲਾਜ਼ਮਾਂ ਦੀ ਸੂਚੀ ਜਾਰੀ ਕੀਤੀ ਹੈ ਜਿਹੜੇ ਹਿਮਾਚਲ ਪੁਲਿਸ ਟ੍ਰੇਨਿੰਗ ਕਾਲਜ ਡੜੋਾ ਜ਼ਿਲ੍ਹਾ ਕਾਂਗੜਾ ਵਿੱਚ 16 April ਤੋਂ ਪੜਾਵਾਰ ਪੰਜ ਰੋਜ਼ਾ ਸਿਖਲਾਈ ਹਾਸਲ ਕਰਨਗੇ ਇਹਨਾਂ ਦੇ ਲਈ ਖਾਸ ਵਰਦੀ ਕੋਡ ਵੀ ਜਾਰੀ ਕੀਤਾ ਗਿਆ ਹੈ ਇੱਕ ਨਵੀਂ ਰਿਪੋਰਟ ਕਹਿੰਦੀ ਹੈ ਕਿ ਧਰਤੀ ਤੇ ਜਿਹੜਾ 60% ਦੀ ਪਲਾਸਟਿਕ ਦਾ ਕਚਰਾ ਮੌਜੂਦ ਹੈ ਉਸ ਦੇ ਲਈ ਜ਼ਿੰਮੇਵਾਰ 12 ਮੁਲਕਾਂ ਦੇ ਵਿੱਚੋਂ ਇੱਕ ਮੁਲਕ ਭਾਰਤ ਵੀ ਹੈ। ਹਾਲਾਂਕਿ ਤੇਜ਼ੀ ਨਾਲ ਵਿਕਾਸ ਕਰ ਰਹੇ ਇਸ ਮੁਲਕ ਦਾ ਪ੍ਰਤੀ ਵਿਅਕਤੀ ਪਲਾਸਟਿਕ ਕੂੜਾ ਉਤਪਾਦਨ ਵਿਸ਼ਵ ਦੇ ਵਿੱਚ ਸਭ ਤੋਂ ਘੱਟ ਹੈ ਸਵਿਸ ਗੈਰ ਮੁਨਾਫਾ ایਏ ਅਰਥ ਐਕਸ਼ਨ ਦੇ ਵੱਲੋਂ ਪਲਾਸਟਿਕ ਓਵਰਸ਼ੂਟ ਡੇ ਦੀ ਰਿਪੋਰਟ ਜਾਰੀ ਕੀਤੀ ਗਈ ਹੈ ਜਿਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ 2021 ਤੋਂ ਵਿਸ਼ਵ ਪਲਾਸਟਿਕ ਕੂੜਾ ਉਤਪਾਦਨ ਵਿੱਚ 7.11% ਤੱਕ ਵਾਧਾ ਹੋਇਆ ਹੈ ਤੇ 60% ਦੀ ਪਲਾਸਟਿਕ ਕਚਰੇ ਲਈ ਤਾਂ ਇਕੱਲੇ 12 ਮੁਲਕ ਜ਼ਿੰਮੇਵਾਰ ਨੇ ਜਿਨ੍ਹਾਂ ਵਿੱਚ ਭਾਰਤ ਤੋਂ ਇਲਾਵਾ ਚੀਨ, ਰੂਸ, ਬ੍ਰਾਜ਼ੀਲ, ਮੈਕਸੀਕੋ, ਵਿਏਟਨਾਮ, ਈਰਾਨ, ਇੰਡੋਨੇਸ਼ੀਆ, ਮਿਸਰ, ਪਾਕਿਸਤਾਨ, ਅਮਰੀਕਾ ਤੇ ਤੁਰ ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਕੁਝ ਹੋਰ ਖਬਰਾਂ ਵਿਸਤਾਰ ਦੇ ਨਾਲ 6 ਜੂਨ ਤੱਕ ਸਰਕਾਰੀ ਮੁਲਾਜ਼ਮਾਨੀਆਂ ਛੁੱਟੀਆਂ ਕੈਨਸਲ ਕਰ ਦਿੱਤੀਆਂ ਗਈਆਂ ਨੇ ਸੱਤੇ ਦਿਨ ਕੰਮ ਕਰਨਾ ਪਊਗਾ ਫੋਨ ਵੀ ਬੰਦ ਨਹੀਂ ਹੋਣਾ ਚਾਹੀਦਾ ਚੰਡੀਗੜ੍ਹ ਨਗਰ ਨਿਗਮ ਨੇ ਇਹ ਐਲਾਨ ਕੀਤਾ ਹੈ ਨਿਗਮ ਕਮਿਸ਼ਨਰ ਨੇ ਸਾਰੇ ਵਿਭਾਗਾਂ ਨੂੰ ਹੁਕਮ ਜਾਰੀ ਕਰਕੇ ਸਰਕੂਲਰ ਕਮ ਨੋਟਿਸ ਵੀ ਜਾਰੀ ਕਰ ਦਿੱਤਾ ਹੈ ਇਹ ਛੁੱਟੀਆਂ ਨੂੰ ਲੋਕ ਸਭਾ ਚੋਣਾਂ ਕਰਕੇ ਰੱਦ ਕੀਤਾ ਗਿਆ ਹੈ ਸੱਤੇ ਦਿਨ ਕੰਮ ਤੇ ਆਉਣਾ ਪਊਗਾ ਇਹ ਹੁਕਮ ਸਾਰੇ ਮੁਲਾਜ਼ਮਾਂ ਤੇ ਲਾਗੂ ਹੋਣਗੇ ਫਿਰ ਚਾਹੇ ਉਹਨਾਂ ਦੀ ਚੋਣਾਂ ਵਿੱਚ ਡਿਊਟੀ ਲੱਗੀ ਹੋਵੇ ਜਾਂ ਫਿਰ ਨਹੀਂ ਇਸ ਦੇ ਨਾਲ ਹੀ ਮੁਲਾਜ਼ਮਾਂ ਦੀਆਂ ਬਦਲੀਆਂ ਤੇ ਵੀ ਰੋਖ ਲਾ ਦਿੱਤੀ ਗਈ ਹੈ ਭਾਵੇਂ ਉਸ ਦਾ ਕੋਈ ਵੀ ਵਿਭਾਗ ਕਿਉਂ ਹੋਵੇ ਹੁਣ ਪੰਜਾਬ ਦੀ ਹਰ ਸਕੂਲੀ ਬਸ ਦੀ ਚੈਕਿੰਗ ਹੋਏਗੀ ਹਰਿਆਣਾ ਦੇ ਮਹਿੰਦਰਗੜ੍ਹ ਦੇ ਵਿੱਚ ਇੱਕ ਸਕੂਲ ਬਸ ਦੇ ਨਾਲ ਜੋ ਦਰਦਨਾਕ ਹਾਦਸਾ ਵਾਪਰਿਆ ਹੈ ਜਿਵੇਂ ਬੱਚਿਆਂ ਨੂੰ ਇੱਕ ਸ਼ਰਾਬੀ ਬਸ ਡਰਾਈਵਰ ਦੀ ਗਲਤੀ ਦੇ ਨਾਲ ਖਤਮ ਕਰ ਦਿੱਤਾ ਗਿਆ ਹੈ ਉਸ ਤੋਂ ਬਾਅਦ ਪੰਜਾਬ ਬਾਲ ਕਮਿਸ਼ਨ ਨੇ ਸਖਤੀ ਦਿਖਾਈ ਹੈ ਅਗਲੇ 20 ਦਿਨਾਂ ਦੇ ਅੰਦਰ-ਅੰਦਰ ਸਾਰੀਆਂ ਸਕੂਲੀ ਬੱਸਾਂ ਦੀ ਪੰਜਾਬ ਚ ਚੈਕਿੰਗ ਹੋਵੇਗੀ ਇਸ ਦੀ ਸ਼ੁਰੂਆਤ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਤੋਂ ਹੋ ਗਈ ਹੈ ਡੀਸੀ ਤੇ ਐਸਐਸਪੀ ਖੁਦ ਬੱਸਾਂ ਦੀ ਚੈਕਿੰਗ ਕਰ ਰਹੇ ਨੇ ਜਿਹੜੀਆਂ ਸਕੂਲ ਬੱਸਾਂ ਨਿਯਮਾਂ ਦੇ ਮੁਤਾਬਿਕ ਨਹੀਂ ਚੱਲਦੀਆਂ ਉਹਨਾਂ ਨੂੰ ਜ਼ਬਤ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਸੋ ਪੰਜਾਬ ਦੇ ਵਿੱਚ ਜਿੰਨੇ ਵੀ ਸਕੂਲੀ ਬੱਸਾਂ ਦੇ ਡਰਾਈਵਰ ਨੇ ਉਹਨਾਂ ਨੂੰ ਚਲਾਉਣ ਵਾਲੇ ਪ੍ਰਬੰਧਕ ਨੇ ਸਕੂਲੀ ਬੱਸਾਂ ਦੇ ਮਾਲਕ ਨੇ ਜਾਂ ਫਿਰ ਸਕੂਲ ਉਹਨਾਂ ਨੂੰ ਚਲਾਉਂਦੇ ਨੇ ਰਨ ਕਰਦੇ ਨੇ ਤਾਂ ਉਹਨਾਂ ਨੂੰ ਖਾਸ ਤੌਰ ਤੇ ਹੁਣ ਸੁਚੇਤ ਰਹਿਣਾ ਪਊਗਾ ਕਿ ਤੁਸੀਂ ਬੱਚਿਆਂ ਦੀ ਜ਼ਿੰਦਗੀਆਂ ਨਾਲ ਖਿਲਵਾੜ ਨਹੀਂ ਕਰ ਸਕਦੇ ਆਪਣੀਆਂ ਮਾੜੀਆਂ ਮੋਟੀਆਂ ਜਿਹੜੀਆਂ ਇੱਛਾਵਾਂ ਨੇ ਉਹਨਾਂ ਦੇ ਲਈ ਤੁਸੀਂ ਜਿਹੜਾ ਹੈਗਾ ਬੱਚਿਆਂ ਦੀਆਂ ਜਾਨਾਂ ਨਹੀਂ ਖਤਮ ਕਰ ਸਕਦੇ ਇਸ ਲਈ ਤੁਹਾਨੂੰ ਸਾਵਧਾਨ ਰਹਿਣਾ ਹੀ ਪਊਗਾ ਬਰਤਾਨੀਆਂ ਜਾਣ ਵਾਲਿਆਂ ਦੇ ਲਈ ਵੱਡੇ ਝਟਕੇ ਵਾਲੀ ਖਬਰ ਹੈ ਜੇ ਤੁਹਾਡਾ ਕੋਈ ਪਰਿਵਾਰਕ ਮੈਂਬਰ ਯੂਕੇ 'ਚ ਰਹਿੰਦਾ ਹੈ ਤੇ ਤੁਸੀਂ ਫੈਮਲੀ ਵੀਜ਼ੇ ਤੇ ਯੂਕੇ ਜਾਣਾ ਚਾਹੁੰਦੇ ਹੋ ਤੇ ਇਹ ਖਬਰ ਤੁਹਾਡੇ ਲਈ ਬਹੁਤ ਖਾਸ ਹੈ ਬਰਤਾਨੀਆਂ ਦੀ ਸਰਕਾਰ ਵੱਲੋਂ ਪਿਛਲੇ ਸਾਲ ਐਲਾਨੇਗੇ ਤਨਖਾਹ ਥ੍ਰੈਸ਼ਹੋਲਡ ਵਿੱਚ ਵਾਧੇ ਨੂੰ 11 ਅਪ੍ਰੈਲ ਤੋਂ ਲਾਗੂ ਕਰ ਦਿੱਤਾ ਗਿਆ ਹੈ ਇਸ ਦੇ ਤਹਿਤ ਫੈਮਲੀ ਵੀਜ਼ੇ ਤੇ ਆਪਣੇ ਰਿਸ਼ਤੇਦਾਰਾਂ ਨੂੰ ਬ੍ਰਿਟੇਨ ਬਲੌਂਡ ਵਾਲੇ ਲੋਕਾਂ ਦੀ ਘੱਟੋ ਘੱਟ ਸਲਾਨਾ ਆਮਦਨ 29000 ਪਾਉਂਡ ਹੋਣੀ ਚਾਹੀਦੀ ਹੈ ਪਹਿਲਾਂ ਇਹ 18000 ਪਾਉਂਡ ਸੀ ਅਗਲੇ ਸਾਲ ਤੱਕ ਇਹ ਤਨਖਾਹ ਸੀਮਾ ਦੋ ਵਾਰੀ ਹੋਰ ਵਧਾਈ ਜਾਊਗੀ ਤੇ 38700 ਪਾਉਂਡ ਦੀ ਸਕਿਲਡ ਵਰਕਰ ਵੀਜ਼ਾ ਦੀ ਤਨਖਾਹ ਸੀਮਾ ਦੇ ਬਰਾਬਰ ਹੋ ਜਾਊਗੀ ਕੌਮੀ ਰਾਜਸਤਾਣੀ ਦੀ ਤਿਹਾਰ ਜੇਲ੍ਹ ਦੇ ਵਿੱਚ ਬੰਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੁਲਾਕਾਤ ਹੋ ਸਕਦੀ ਹੈ ਇਸ ਦਰਮਿਆਨ ਜੇਲ੍ਹ ਦਿੱਲੀ ਅਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਵਿਚਾਲੇ ਮੁਲਾਕਾਤ ਹੋਈ ਮੀਟਿੰਗ ਤੜਕੇ 11 ਵਜੇ ਤਿਹਾਰ ਸਥਿਤ ਡਿਪਟੀ ਇੰਸਪੈਕਟਰ ਜਨਰਲ ਡੀਆਈਜੀ ਦੇ ਦਫ਼ਤਰਤ ਸ਼ੁਰੂ ਹੋਈ ਇਹ ਮੀਟਿੰਗ ਸ਼੍ਰੀਮਾਨ ਅਤੇ ਕੇਜਰੀਵਾਲ ਵਿਚਾਲੇ ਹੋਣ ਵਾਲੀ ਮੁਲਾਕਾਤ ਦੇ ਲਈ ਦਿੱਲੀ ਜੇਲ੍ਹ ਦੇ ਨਿਯਮਾਂ ਮੁਤਾਬਿਕ ਸੁਰੱਖਿਆ ਪ੍ਰਬੰਧ ਕਰਨ ਤੇ ਸਾਰੀਆਂ ਜਿਹੜੀਆਂ ਸਾਰਾ ਜਿਹੜਾ ਕਾਗਜ਼ ਪੱਤਰ ਪ੍ਰਕਿਰਿਆ ਪੂਰੀਆਂ ਕਰਨ ਦੇ ਲਈ ਰੱਖੀ ਗਈ ਸੀ ਮਾਨਯੇ ਤਿਹਾਰ ਜੇਲ੍ਹ ਨੰਬਰ ਮੁੱਖ ਮੰਤਰੀ ਨੂੰ ਮਿਲਣ ਦੇ ਲਈ ਪਿਛਲੇ ਕਈ ਦਿਨਾਂ ਤੋਂ ਸਮਾਂ ਮੰਗਿਆ ਹੋਇਆ ਹੈ ਕੇਜਰੀਵਾਲ ਹੁਣ ਰੱਦ ਕੀਤੀ ਗਈ ਦਿੱਲੀ ਆਪਕਾਰੀ ਨੀਤੀ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਤਿਹਾਰ ਜੇਲ੍ਹ ਵਿੱਚ ਬੰਦ ਨੇ 15 ਅਪ੍ਰੈਲ ਤੱਕ ਨਿਆਇ ਖਿਰਾਸਤ ਵਿੱਚ ਹੀ ਰਹਿਣਗੇ ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਦੀ 2 ਦਿਨ ਪਹਿਲਾਂ ਵੀ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨਾਲ ਜੇਲ੍ਹ ਵਿੱਚ ਮੁਲਾਕਾਤ ਤੈਅ ਹੋ ਗਈ ਸੀ ਦੁਪਹਿਰ 1 ਵਜੇ ਮਿਲਣ ਦਾ ਸਮਾਂ ਸੀ ਸੰਜੇ ਸਿੰਘ ਨੇ ਵੀ ਨਾਲ ਜਾਣਾ ਸੀ ਪਰ ਐਨ ਮੌਕੇ ਤੇ ਤਿਹਾਰ ਜੇਲ੍ਹ ਦੇ ਪ੍ਰਸ਼ਾਸਨ ਨੇ ਇਹ ਮੁਲਾਕਾਤ ਨਹੀਂ ਹੋਣ ਦਿੱਤੀ ਸੀ ਦੇਸ਼ ਵਿੱਚ ਇਸ ਵਾਰ ਭਿਆਨਕ ਗਰਮੀ ਪੈਣ ਦੀ ਭੁਖਵਾਣੀ ਹੈ ਇਸ ਦੇ ਮੱਦੇਨਜ਼ਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੀਟ ਵੇਵ ਨਾਲ ਨਜਿੱਠਣ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਕੇਂਦਰ ਸੂਬਾ ਤੇ ਜ਼ਿਲ੍ਹਾ ਪੱਧਰ ਤੇ ਸਰਕਾਰਾਂ ਨਾਲ ਮਿਲ ਕੇ ਕੰਮ ਕਰਨ ਦੀ ਅਪੀਲ ਵੀ ਕੀਤੀ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੀਟਿੰਗ ਦੀ ਪ੍ਰਧਾਨਗੀ ਕੀਤੀ ਜਿੱਥੇ ਉਹਨਾਂ ਨੂੰ ਅਪ੍ਰੈਲ ਜੂਨ ਦੌਰਾਨ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬਹੁਤ ਜ਼ਿਆਦਾ ਗਰਮੀ ਪੈਣ ਦੀ ਸੂਚਨਾ ਦਿੱਤੀ ਗਈ ਸੀ ਇਸ ਮੀਟਿੰਗ ਦੇ ਵਿੱਚ ਲੋਕਾਂ ਲਈ ਜ਼ਰੂਰੀ ਦਵਾਈਆਂ ਆਈਸ ਪੈਕ ORS ਤੇ ਪੀਣ ਵਾਲੇ ਪਾਣੀ ਦੀ ਉਪਲਬਧਤਾ ਸੰਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ Moody's Analytics ਨੇ ਭਾਰਤ ਦੀ ਅਰਥਵਿਵਸਥਾ 2024 ਦੇ ਵਿੱਚ 6.1% ਵਧਣ ਦਾ ਅੰਦਾਜ਼ਾ ਦਿੱਤਾ ਹੈ ਜੋ 2023 ਵਿੱਚ 7.7% ਵਿਕਾਸ ਦਰ ਤੋਂ ਘੱਟ ਹੈ। ਯਾਨੀ ਕਿ ਇਹ ਅੰਦਾਜ਼ਾ ਉਸ ਵਕਤ ਆਇਆ ਹੈ ਜਦੋਂ ਭਾਰਤ ਦੇ ਵਿੱਚ ਲੋਕ ਸਭਾ ਚੋਣਾਂ ਹੋਣ ਵਾਲੀਆਂ ਨੇ ਅਤੇ ਨਰਿੰਦਰ ਮੋਦੀ ਸਰਕਾਰ, BJP ਦੀ ਸਰਕਾਰ ਜਿਹੜੀ 10 ਸਾਲਾਂ ਤੋਂ ਸੱਤਾ ਤੇ ਕਾਬਜ਼ ਹੈ ਉਸ ਦੇ ਵੱਲੋਂ ਆਪਣੀ ਸਰਕਾਰ ਵੱਲੋਂ ਕੀਤੇ ਵਿਕਾਸ ਨੂੰ ਵਿਕਾਸ ਦਰ ਨੂੰ ਜਿਹੜਾ ਵਧਾਇਆ ਗਿਆ ਹੈ ਉਸ ਲਈ ਪ੍ਰਚਾਰ ਕੀਤਾ ਗਿਆ ਹੈ ਵਿਕਾਸ ਦਰ ਇਹ ਜਾਣ ਨੂੰ ਲੈ ਕੇ ਆਪਣੀ ਸਰਕਾਰ ਦੀਆਂ ਖੂਬ ਤਰੀਫਾਂ ਕੀਤੀਆਂ ਜਾ ਰਹੀਆਂ ਨੇ ਜਦਕਿ ਮੂਡੀਜ਼ ਨੇ ਕਿਹਾ ਕਿ ਉਮੀਦ ਹੈ ਭਾਰਤ ਦੀ ਜੀਡੀਪੀ ਪਿਛਲੇ ਸਾਲ 7.7 ਫੀਸਦੀ ਤੋਂ ਬਾਅਦ 2024 ਦੇ ਵਿੱਚ 6.1 ਫੀਸਦੀ ਨਾਲ ਘਟੇਗੀ ਭਾਵੇਂ ਇਹ ਘਟ ਹੀ ਹੈ ਜੇ ਤੁਸੀਂ ਈਰਾਨ ਜਾਂ ਇਜ਼ਰਾਈਲ ਜਾਣਾ ਚਾਹੁੰਦੇ ਹੋ ਜਾਂ ਜਾ ਰਹੇ ਹੋ ਤਾਂ ਤੁਹਾਡੇ ਲਈ ਇਹ ਬਹੁਤ ਜ਼ਰੂਰੀ ਖਬਰ ਹੈ ਕਿਉਂਕਿ ਅਮਰੀਕਾ ਤੋਂ ਬਾਅਦ ਭਾਰਤ ਨੇ ਵੀ ਆਪਣੇ ਨਾਗਰਿਕਾਂ ਨੂੰ ਈਰਾਨ ਅਤੇ ਇਜ਼ਰਾਈਲ ਦੀ ਯਾਤਰਾ ਨਾ ਕਰਨ ਦੀ ਐਡਵਾਈਜ਼ਰੀ ਜਾਰੀ ਕੀਤੀ ਹੈ। ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਭਾਰਤੀ ਨਾਗਰਿਕ ਅਗਲੀ ਸੂਚਨਾ ਜਾਰੀ ਹੋਣ ਤੱਕ ਈਰਾਨ ਤੇ ਇਜ਼ਰਾਈਲ ਦੀ ਯਾਤਰਾ ਨਾ ਕਰਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਹੈ ਕਿ ਇਨ੍ਹਾਂ ਇਲਾਕਿਆਂ ਦੇ ਵਿੱਚ ਮੌਜੂਦਾ ਸਥਿਤੀਆਂ ਨੂੰ ਦੇਖਦੇ ਹੋਏ ਭਾਰਤੀ ਨਾਗਰਿਕ ਕਾ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਗਲੀ ਸੂਚਨਾ ਤੱਕ ਇਹਨਾਂ ਦੋਨਾਂ ਮੁਲਕਾਂ ਦੀ ਯਾਤਰਾ ਤੇ ਨਾ ਜਾਣ ਜਿਹੜੇ ਲੋਕ ਪਹਿਲਾਂ ਤੋਂ ਹੀ ਈਰਾਨ ਜਾਂ ਇਜ਼ਰਾਈਲ ਰਹਿ ਰਹੇ ਨੇ ਉਹਨਾਂ ਨੂੰ ਅਪੀਲ ਹੈ ਕਿ ਉਹ ਉੱਥੇ ਭਾਰਤੀ ਦੂਤ ਘਰਾਂ ਦੇ ਨਾਲ ਸੰਪਰਕ ਕਰਨ ਅਤੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਇਹਨਾਂ ਦੋਹਾਂ ਮੁਲਕਾਂ ਦੇ ਵਿੱਚ ਰਹਿਣ ਵਾਲਿਆਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਹ ਆਪਣੀ ਸੁਰੱਖਿਆ ਦਾ ਧਿਆਨ ਰੱਖਣ ਅਤੇ ਬਾਹਰ ਘੱਟ ਤੋਂ ਘੱਟ ਨਿਕਲਣ ਇਸ ਤੋਂ ਪਹਿਲਾਂ ਅਮਰੀਕਾ ਨੇ ਵੀ ਇਜ਼ਰਾਈਲ ਦੇ ਵਿੱਚ ਆਪਣੇ ਡਿਪਲੋਮੈਟਿਕ ਸਟਾਫ ਦੀ ਯਾਤਰਾ ਤੇ ਰੋਕ ਲਾ ਦਿੱਤੀ ਸੀ ਅਮਰੀਕੀ ਦੂਤਾਵਾਸ ਨੇ ਸਟਾਫ ਨੂੰ ਬਹੁਤ ਜ਼ਿਆਦਾ ਸਾਵਧਾਨ ਰਹਿਣ ਦੇ ਲਈ ਕਿਹਾ ਸੀ ਯਰੂਸ਼ਲਮ ਤਲ ਅਵੀਵ ਜਾਂ ਬੀਅਰ ਸ਼ੇਵਾ ਤੋਂ ਬਾਹਰ ਯਾਤਰਾ ਨਾ ਕਰਨ ਦੇ ਅਮਰੀਕਾ ਨੇ ਹੁਕਮ ਦਿੱਤੇ ਸਨ ਦਰਸਲ 1 اپریل ਜਿਹੜਾ ਲੰਘਿਆ 1 اپریل ਹੈ ਉਦੋਂ ایران ਦੇ ਸੀਰੀਆ ਸਥਿਤ ਵਣਜ ਦੂਤਕਰ ਤੇ ਹਮਲਾ ਹੋਇਆ ਸੀ ਜਿਸ ਵਿੱਚ 13 ਲੋਕਾਂ ਦੀ ਜਾਨ ਚਲੀ ਗਈ ਸੀ ਇਸ ਵਿੱਚ ایران ਦੇ 엘ੀਟ ਕੁਰਦਸ ਫੋਰਸ ਦੇ ਇੱਕ ਬਹੁਤ ਹੀ ਸੀਨੀਅਰ ਕਮਾਂਡਰ ਤੇ ਉਹਨਾਂ ਦੇ ਡਿਪਟੀ ਦੀ ਵੀ ਜਾਨ ਚਲੀ ਗਈ ਸੀ ایران ਨੇ ਕਿਹਾ ਕਿ ਇਸ ਦੇ ਪਿੱਛੇ ਇਜ਼ਰਾਈਲ ਸੀ ਅਤੇ ਉਹ ਇਸ ਦਾ ਬਦਲਾ ਜ਼ਰੂਰ ਲਏਗਾ ایران ਦੇ ਇਜ਼ਰਾਈਲ ਤੇ ਹਮਲੇ ਦੇ ਖਾਤਿਰੇ ਨੂੰ ਦੇਖਦੇ ਹੋਏ ਅਮਰੀਕਾ ਤੋਂ ਬਾਅਦ ਭਾਰਤ ਨੇ ਵੀ ਆਪਣੇ ਨਾਗਰਿਕਾਂ ਦੇ ਲਈ ਇਹ ਐਡਵਾਈਜ਼ਰੀ ਜਾਰੀ ਕੀਤੀ ਹੈ ਲੋਕ ਸਭਾ ਚੋਣਾਂ ਜੰਗਲ ਦੇ ਨਾਲ ਜੁੜੀਆਂ ਸ਼ੁਕਰਵਾਰ ਨੂੰ ਕਿਹੜੀਆਂ ਵੱਡੀਆਂ ਖਬਰਾਂ ਆਈਆਂ ਨੇ ਤੁਹਾਨੂੰ ਸਭ ਦੱਸਦੇ ਹਾਂ ਦੇਸ਼ ਭਰ ਦੀਆਂ 94 ਸੀਟਾਂ ਤੇ 7 ਮਈ ਨੂੰ ਸ਼ੁਰੂ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਤੀਸਰੇ ਪੜਾਅ ਦੇ ਲਈ ਨਾਮਜ਼ਦਗੀਆਂ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਚੋਣ ਕਮਿਸ਼ਨ ਨੇ ਰਾਸ਼ਟਰਪਤੀ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਜਿਸ ਤੋਂ ਬਾਅਦ ਇਹ ਪ੍ਰਕਿਰਿਆ ਸ਼ੁਰੂ ਹੋਈ ਤੀਜੇ ਪੜਾਅ ਦੇ ਲਈ ਨਾਮਜ਼ਦਗੀ ਪਰਚੇ ਦਾਖਲ ਕਰਨ ਦੀ ਆਖਰੀ ਮਿਤੀ 19 April ਹੈ ਚੋਣ ਕਮਿਸ਼ਨ ਨੇ ਕਿਹਾ ਕਿ ਮਧ ਪ੍ਰਦੇਸ਼ ਦੇ ਬੈਤੂਲ ਹਲਕੇ ਦੇ ਵਿੱਚ ਮੂਲਤਵੀ ਚੋਣਾਂ ਦੇ ਲਈ ਵੱਖਰਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਤੀਜੇ ਪੜਾਅ ਵਿੱਚ ਜਿਨ੍ਹਾਂ ਸੂਬਿਆਂ ਤੇ ਕੇਂਦਰ ਸ਼ਾਸਿਤ दादर नगर ते नगर हवेली दमन ते दीव गोवा गुजरात जम्मू ਤੇ ਕਸ਼ਮੀਰ ਕਰਨਾਟਕਾ ਮਹਾਰਾਸ਼ਟਰ ਮਧ ਪ੍ਰਦੇਸ਼ ਯੂਪੀ ਤੇ ਪੱਛਮੀ ਬੰਗਾਲ ਸ਼ਾਮਿਲ ਨੇ ਵੋਟਾਂ ਦੇ ਲਈ ਉਤਸ਼ਾਹਿਤ ਕਰਨ ਦਾ ਇੱਕ ਸ਼ਾਨਦਾਰ ਤਰੀਕਾ ਚੋਣ ਕਮਿਸ਼ਨ ਨੇ ਲੱਭਿਆ ਹੈ ਕਿਉਂਕਿ ਐਤਕੀ ਲੋਕ ਸਭਾ ਚੋਣਾਂ ਦੇ ਵਿੱਚ ਵੋਟ ਫੀਸ ਦੀ ਵਧਾਉਣ ਦੇ ਲਈ ਚੋਣ ਕਮਿਸ਼ਨ ਪੂਰੀ ਵਾਹ ਲਾ ਰਿਹਾ ਹੈ। ਹੁਸ਼ਿਆਰਪੁਰ ਤੋਂ ਇੱਕ ਤਸਵੀਰ ਸਾਹਮਣੇ ਆਈ ਹੈ ਡੀਸੀ ਦੇ ਹੁਕਮਾਂ ਤੇ ਨੌਡਲ ਅਫਸਰ ਪ੍ਰੀਤ ਕੋਹਲੀ ਕਦੇ ਰੇਲਵੇ ਸਟੇਸ਼ਨ ਕਦੇ ਬੱਸ ਸਟੈਂਡ ਤੇ ਕਦੇ ਜਨਤਕ ਥਾਵਾਂ ਤੇ ਡੱਫਲੀ ਵਜਾਉਂਦੇ ਹੋਏ ਲੋਕਾਂ ਨੂੰ ਵੋਟਾਂ ਪਾਉਣ ਲਈ ਪ੍ਰੇਰਿਤ ਕਰ ਰਹੇ ਨੇ। ਕੋਹਲੀ ਲੋਕਾਂ ਨੂੰ ਬੇਨਤੀ ਕਰ ਰਹੇ ਨੇ ਕਿ ਮੈਂ ਕੋਈ ਸਮਾਨ ਵੇਚਣ ਨਹੀਂ ਆਇਆ। ਮੈਂ ਸਿਰਫ ਤੁਹਾਨੂੰ ਇਹ ਅਪੀਲ ਕਰਦਾ ਕਿ ਤੁਸੀਂ ਆਪਣੇ ਜਮਹੂਰੀ ਹੱਕ ਦਾ ਇਸਤੇ ਤੋਂ ਪੰਜਾਬ ਵਿੱਚ ਵੋਟਾਂ ਦੀ ਤਰੀਕ ਬਾਰੇ ਵੀ ਪੁੱਛ ਰਹੇ ਨੇ ਤਾਂ ਕਿ ਲੋਕ ਜਾਗਰੂਕ ਰਹਿਣ ਨਾਲ ਹੀ ਉਹ ਲੋਕਾਂ ਨੂੰ 1 ਜੂਨ ਨੂੰ ਛੁੱਟੀ ਨਾ ਮਨਾਉਣ ਤੇ ਵੋਟਾਂ ਪਾ ਕੇ ਛੁੱਟੀ ਮਨਾਉਣ ਲਈ ਵੀ ਪ੍ਰੇਰਿਤ ਕਰ ਰਹੇ ਨੇ ਇਸੇ ਕਰਕੇ ਸ਼ਾਇਦ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਨੂੰ ਪ੍ਰਭਾਵਸ਼ਾਲੀ ਜਾਣਕਾਰੀ ਦੇਣ ਦੇ ਲਈ ਦੂਸਰਾ ਸਥਾਨ ਮਿਲਿਆ ਹੈ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਸਰਗਰਮ ਭੂਮਿਕਾ ਨਿਭਾਉਣ ਤੇ ਵੋਟਰਾਂ ਨੂੰ ਮਹੱਤਵਪੂਰਨ ਜਾਣਕਾਰੀਆਂ ਤੇ ਪ੍ਰਭਾਵਸ਼ਾਲੀ ਪ੍ਰਸਾਰ ਦੇ ਲਈ ਦੇਸ਼ ਭਰਚ ਦੂਜਾ ਸਥਾਨ ਮਿਲਿਆ ਹੈ ਮੁੱਖ ਚੋਣ ਅਧਿਕਾਰੀ ਸਿਬਨ ਸੀਨੇ ਨੇ ਦੱਸਿਆ ਕਿ ਸੋਸ਼ਲ ਮੀਡੀਆ ਇੰਡੈਕਸ ਮਾਪਦੰਡਾਂ ਦੇ ਆਧਾਰ ਤੇ ਪੰਜਾਬ ਦੂਜੇ ਥਾਂ ਤੇ ਹੈ ਮਹਾਰਾਸ਼ਟਰ ਪਹਿਲੇ ਤੇ ਹੈ ਕਰਨਾਟਕ ਉਸ ਤੋਂ ਬਾਅਦ ਤੀਸਰੇ ਤੇ ਹੈ ਉੱਤਰਾਖੰਡ ਚੌਥੇ ਤੇ ਯੂਪੀ ਪੰਜਵੇਂ ਥਾਂ ਤੇ ਹੈ ਇਸ ਤੋਂ ਇਲਾਵਾ ਜਿਵੇਂ ਹੁਸ਼ਿਆਰਪੁਰ ਦੀ ਤਸਵੀਰ ਸਾਹਮਣੇ ਆਈ ਹੈ ਇਹ ਵੀ ਚੋਣ ਕਮਿਸ਼ਨ ਦੀ ਪ੍ਰੇਰਣਾ ਸਦਕਾ ਹੀ ਮੰਨੀ ਜਾ ਰਹੀ ਹੈ ਅਸੀਂ ਸਾਰੇ ਦੇਖ ਸਕਦੇ ਹਾਂ ਕਿ ਸੋਸ਼ਲ ਮੀਡੀਆ ਲੋਕ ਸਭਾ ਚੋਣਾਂ ਦੇ ਪ੍ਰਚਾਰ ਦਾ ਇੱਕ ਵੱਡਾ ਅੱਡਾ ਬਣਿਆ ਹੋਇਆ ਹੈ ਸਾਰੀਆਂ ਸਿਆਸੀ ਪਾਰਟੀਆਂ ਸੋਸ਼ਲ ਮੀਡੀਆ ਰਾਹੀਂ ਚੋਣ ਪ੍ਰਚਾਰ ਕਰਨ 'ਚ ਕੋਈ ਕਸਰ ਨਹੀਂ ਛੱਡ ਰਹੀਆਂ Google and Transparency Center ਦੇ ਅੰਕੜਿਆਂ ਮੁਤਾਬਕ 1 ਜਨਵਰੀ ਤੋਂ 10 ਅਪ੍ਰੈਲ ਤੱਕ ਸਾਰੀਆਂ ਸਿਆਸੀ ਪਾਰਟੀਆਂ ਨੇ Google Search Engine ਤੇ ਇਸ਼ਤਿਹਾਰ ਦੇਣ ਤੇ ਲਗਭਗ 117 ਕਰੋੜ ਰੁਪਏ ਖਰਚ ਕੀਤੇ ਨੇ ਜਦ ਕਿ 2019 ਦੀਆਂ ਚੋਣਾਂ ਦੇ ਵਿੱਚ ਇਸੇ ਸਮੇਂ ਦੌਰਾਨ ਇਸ਼ਤਿਹਾਰਾਂ ਤੇ ਸਿਰਫ 10 ਕਰੋੜ ਰੁਪਏ ਖਰਚ ਕੀਤੇ ਗਏ ਸਨ ਜਿਹੜੇ ਐਤਕੀ 117 ਕਰੋੜ ਨੇ ਸਿਆਸੀ ਇਸ਼ਤਿਹਾਰਾਂ ਤੇ ਸਭ ਤੋਂ ਵੱਧ ਖਰਚਾ ਕਰਨ ਵਾਲੀ ਪਾਰਟੀ ਹੈ ਬੀਜੇਪੀ ਜਿਸ ਨੇ 1 ਜਨਵਰੀ ਤੋਂ 10 ਜਨਵਰੀ ਤੱਕ ਗੂਲ ਦੇ ਇਸ਼ਤਿਹਾਰਾਂ ਤੇ 39 ਕਰੋੜ ਦਾ ਖਰਚਾ ਕਰ ਦਿੱਤਾ ਜੋ ਕੁੱਲ ਰਕਮ ਦਾ 1/3 ਹਿੱਸਾ ਹੈ ਕਾਂਗਰਸ ਵੀ ਇਸ ਸਮੇਂ ਦੇ ਵਿੱਚ ਇਸ਼ਤਿਹਾਰਾਂ ਤੇ 7.5 ਕਰੋੜ ਤੋਂ ਵੱਧ ਖਰਚ ਕਰ ਚੁੱਕੀ ਹੈ ਤਾਮਿਲਨਾਡੂ ਦੀ ਡੀਐਮਕੇ ਲਈ ਕੰਮ ਕਰਨ ਵਾਲੀ ਰਣਨੀਤੀ ਫਰਮ ਪੀਪਲਸ ਇੰਪਰੂਵਮੈਂਟ ਏਮਪਾਵਰਮੈਂਟ ਨੈਟਵਰਕ ਪ੍ਰਾਈਵੇਟ ਲਿਮਟਿਡ ਨੇ 9 ਕਰੋੜ 25 ਲੱਖ ਰੁਪਏ ਖਰਚ ਕਰ ਦਿੱਤੇ ਨੇ ਹੁਣ ਗੱਲ ਸਿਆਸੀ ਡੀਐਨਏ ਦੀ ਕਰਾਂਗੇ ਆਕਾਲੀ ਦਲ ਦੇ ਟਕਸਾਲੀ ਲੀਡਰ ਸਕੰਦਰ ਸਿੰਘ ਮਲੂਕਾ ਦੀ ਨੂੰਹ ਤੇ ਪੁੱਤ ਭਾਜੀਪੀ ਦੇ ਵਿੱਚ ਸ਼ਾਮਲ ਹੋ ਗਏ ਉਸ ਤੋਂ ਬਾਅਦ ਆਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਬਿਆਨ ਦਿੱਤਾ ਸੀ ਕਿ ਜਿਹੜੇ ਲੋਕ ਭਾਜੀਪੀ ਚ ਜਾ ਰਹੇ ਨੇ ਉਹਨਾਂ ਦਾ ਡੀਐਨਏ ਚੈੱਕ ਹੋਣਾ ਚਾਹੀਦਾ ਹੈ ਨਵੀਂ ਨਵੀਂ ਨੌਕਰ ਸ਼ਾਹ ਤੋਂ ਸਿਆਸਤ ਦੇ ਵਿੱਚ ਕਦਮ ਰੱਖਣ ਵਾਲੀ ਭਾਜੀਪੀ ਲੀਡਰ ਪਰਮਪਾਲ ਕੌਰ ਨੇ ਸੁਖਵੀਰ ਬਾਦਲ ਨੂੰ ਮੋੜਵਾ ਤਕੜਾ ਜਵਾਬ ਦਿੱਤਾ ਹੈ ਕਹਿੰਦੇ ਜਿਹੜਾ ਕੋਈ ਵੀ ਉਹਨਾਂ ਬਾਰੇ ਅਪਸ਼ਬਦ ਬੋਲਦਾ ਹੈ ਉਹ ਆਪਣੇ ਆਪ ਨੂੰ ਹੀ ਐਕਸਪੋਜ਼ ਕਰਦਾ ਹੈ ਪਰਮਪਾਲ ਕੌਰ ਨੇ ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਸੁਖਬੀਰ ਬਾਦਲ ਨੂੰ ਚੈਲੰਜ ਕਰਦਿਆਂ ਕਿ ਹੈ ਕਿ ਤੁਸੀਂ ਲਾਈਵ ਹੋ ਕੇ ਕੱਲਾ ਡੀਐਨਏ ਦੀ ਫੁੱਲ ਫਾਰਮ ਹੀ ਦੱਸ ਦਿਓ ਅਹੀਂ ਇਹ ਸੋਸ਼ ਅਸਤਿਚਾਈ ਪਰਮਪਾਲ ਕੌਰ ਨੇ ਕਿਹਾ ਕਿ ਮੇਰੇ ਸਹੁਰਾ ਸਾਬ ਨੇ ਸਾਨੂੰ ਬਹੁਤ ਰੋਕਿਆ ਸੀ ਪਰ ਅਸੀਂ ਫੈਸਲਾ ਲੈ ਚੁੱਕੇ ਸੀ ਇਸ ਕਰਕੇ ਉਹਨਾਂ ਨੇ ਵੀ ਨਹੀਂ ਰੋਕਿਆ ਕਿ ਤੁਸੀਂ ਬੀਜੇਪੀ ਚ ਨਾ ਜਾਓ ਪਰਮਪਾਲ ਕੌਰ ਨੇ ਕਿਹਾ ਕਿ ਸਿਆਸੀ ਵਖਰੇਵੇਂ ਦਾ ਅਸਰ ਰਿਸ਼ਤਿਆਂ ਤੇ ਨਹੀਂ ਪੈਂਦਾ ਮੇਰੇ ਪਤੀ ਨੇ ਕਾਲੀ ਦਲ ਲਈ ਕਾਫੀ ਕੰਮ ਕੀਤਾ ਪਰ 2022 ਵਿੱਚ ਜਦੋਂ ਉਹਨਾਂ ਦੀ ਟਿਕਟ ਕੱਟੀ ਤਾਂ ਦੁੱਖ ਹੋਇਆ ਪਰਮਪਾਲ ਕੌਰ ਨੇ ਦਾਵਾ ਕੀਤਾ ਕਿ ਹਰ ਸਿਮਰਤ ਕੌਰ ਨਾਲ ਮੇਰਾ ਮੁਕਾਬਲਾ ਨਹੀਂ ਹੈ ਲੋਕ ਫੈਸਲਾ ਕਰਨਗੇ ਮੈਂ ਕਦੇ ਅਕਾਲੀ ਦਲ ਵਿੱਚ ਹੈ ਹੀ ਨਹੀਂ ਸੀ ਮੈਨੂੰ ਆਪਣਾ ਭਵਿੱਖ ਬੀਜੇਪੀ ਦੇ ਵਿੱਚ ਹੀ ਨਜ਼ਰ ਆਇਆ ਪਰਮਪਾਲ ਕੌਰ ਨੇ ਅਕਾਲੀ ਦਲ ਦੇ ਉਸ ਇਲਜ਼ਾਮ ਦਾ ਵੀ ਜਵਾਬ ਦਿੱਤਾ ਜਿਸ ਵਿੱਚ ਅਕਾਲੀ ਲੀਡਰ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਸੀ ਕਿ ਅਕਾਲੀ ਦਲ ਨੇ ਹੀ ਉਹਨਾਂ ਨੂੰ ਆਈਏਐਸ ਬਣਾਇਆ ਸੀ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਮੈਰਿਟ ਸੀ ਤਾਂ ਮੈਂ ਆਈਏਐਸ ਅਫਸਰ ਬਣੀ ਯੂਪੀਐਸਸੀ ਆਈਏਐਸ ਬਣਾਉਂਦੀ ਹੈ ਤਾਂ ਅਸੀਂ ਉਸ ਤੇ ਕਿਵੇਂ ਸਵਾਲ ਚੁੱਕ ਸਕਦੇ ਹਾਂ ਯਾਨੀ ਕਿ ਸਾਰੇ ਅਫਸਰ ਸਿਆਸਤਦਾਨਾਂ ਨੇ ਨਹੀਂ ਬਣਾਏ ਹੋਏ ਪਰਮਪਾਲ ਕੌਰ ਨੇ ਸੀਐਮ ਭਗਵੰਤ ਮਾਨ ਨੇ ਜਿਹੜਾ ਉਹਨਾਂ ਦੇ ਅਸਤੀਫੇ ਨੂੰ ਨਾਮਨਜ਼ੂਰ ਕਰਨ ਦਾ ਬਿਆਨ ਦਿੱਤਾ ਸੀ ਉਸ ਤਾਂ ਵੀ ਜਵਾਬ ਦਿੱਤਾ ਕਹਿੰਦੇ ਮੈਂ ਅਸਤੀਫਾ ਨਹੀਂ ਦਿੱਤਾ ਬਲਕਿ ਵੀਆਰਐਸ ਯਾਨੀ ਕਿ ਵੋਲੰਟਰੀ ਰਿਟਾਇਰਮੈਂਟ ਲਈ ਹੈ ਕੇਂਦਰ ਨੇ ਇਸ ਨੂੰ ਮਨਜ਼ੂਰ ਕਰ ਲਿਆ ਸ਼ਾਇਦ ਮੁੱਖ ਮੰਤਰੀ ਤੱਕ ਸੁਨੇਹਾ ਨਹੀਂ ਪਹੁੰਚਿਆ ਹੋਣਾ ਅਸੀਂ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਕਹਿੰਦੇ ਸਮਝਾਵਾਂਗੇ ਉਹਨਾਂ ਦੀ ਗੱਲ ਦਿੱਲੀ ਤੱਕ ਲੈ ਕੇ ਜਾਵਾਂਗੇ ਕਿਸਾਨ ਪਰਿਵਾਰ ਚੋਂ ਹਾਂ ਕਹਿੰਦੇ ਮੈਨੂੰ ਉਮੀਦ ਹੈ ਕਿ ਕਿਸਾਨ ਮੇਰਾ ਵਿਰੋਧ ਨਹੀਂ ਕਰਨਗੇ ਪਰ ਇਹ ਤਾਂ ਹੁਣ ਬਠਿੰਡੇ ਵਾਲੇ ਹੀ ਦੱਸਣਗੇ ਕਿ ਬਠਿੰਡਾ ਦੇ ਵਿੱਚ ਬੀਬੀ ਪਰਮਕੌਰ ਪਰਮਪਾਲ ਕੌਰ ਨੂੰ ਜੇ ਭਾਜਪਾ ਤੋਂ ਟਿਕਟ ਮਿਲਦੀ ਹੈ ਤਾਂ ਵਿਰੋਧ ਹੋਣਾ ਹੈ ਜਾਂ ਨਹੀਂ ਹੋਣਾ ਪੰਜਾਬ ਕਾਂਗਰਸ ਦੀ ਟਿਕਟ ਨੂੰ ਲੈ ਕੇ ਉਮੀਦਵਾਰਾਂ ਨੇ ਦਿੱਲੀ ਵਿੱਚ ਹਾਲੇ ਤੱਕ ਡੇਰੇ ਲਾ ਰੱਖੇ ਨੇ ਉਧਰ ਪਾਰਟੀ ਨੇ ਭਾਜਪਾ ਤੋਂ ਨਸੀਹਤ ਲੈਂਦੇ ਹੋਏ ਆਪਣੇ ਬੂਥ ਨੂੰ ਮਜ਼ਬੂਤ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਦਿੱਲੀ ਦੀ ਟੀਮ ਦੇ ਨਾਲ ਵਾਰ ਰੂਮ ਬਣਾਇਆ ਗਿਆ ਹੈ ਪਾਰਟੀ ਵਰਕਰਾਂ ਨੂੰ ਇੱਥੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਬੂਥ ਲੈਵਲ 1 ਤੇ 2 ਜਿਦੇ ਵਿੱਚ ਹਲਕਾ ਇੰਚਾਰਜ ਨੂੰ ਵਿਰੋਧੀ ਧਿਰ ਨੂੰ ਸੋਸ਼ਲ ਮੀਡੀਆ ਤੇ ਕਿਸ ਤਰ੍ਹਾਂ ਘੇਰਨਾ ਹੈ ਇਹਦੀ ਸਿੱਖਿਆ ਦਿੱਤੀ ਜਾ ਰਹੀ ਹੈ ਹੁਣ ਤੱਕ 24000 ਤੋਂ ਵੱਧ ਬੂਥਾਂ ਤੇ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ ਪੰਜਾਬ ਚ ਬਣੇ ਚੋਣ ਵਾਰ ਰੂਮ ਦੀ ਜ਼ਿੰਮੇਵਾਰੀ ਸਾਬਕਾ ਕਾਂਗਰਸ ਵਿਧਾਇਕ ਹਰਦੀਪ ਸਿੰਘ ਕਿੰਗਰਾ ਨੇ ਸੰਭੀ ਹੋ ਆਮ ਆਦਮੀ ਪਾਰਟੀ ਦੀ ਟਿਕਟਵੰਦ ਦੀ ਗੱਲ ਕਰ ਲਈਏ ਤਾਂ ਇਹ ਸਵਾਲਾਂ ਦੇ ਘੇਰੇ ਵਿੱਚ ਹੈ ਕਿਉਂਕਿ ਇਹਦੇ ਵਿੱਚ ਜਾਤੀ ਸਮੀਕਰਨ ਵਿਗੜਿਆ ਹੋਇਆ ਆ। ਆਪ ਨੇ 13 'ਚੋਂ 9 ਲੋਕ ਸਭਾ ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਪਰ ਇਹਨਾਂ ਵਿੱਚੋਂ ਇੱਕ ਵੀ ਹਿੰਦੂ ਚਿਹਰੇ ਨੂੰ ਟਿਕਟ ਨਹੀਂ ਦਿੱਤੀ। ਐਨਾ ਹੀ ਨਹੀਂ ਹਾਲੇ ਤੱਕ ਕਿਸੇ ਵੀ ਮਹਿਲਾ ਉਮੀਦਵਾਰ ਨੂੰ ਟਿਕਟ ਨਹੀਂ ਮਿਲੀ ਆ। ਇਹ ਹੀ ਕਾਰਨ ਹੈ ਕਿ ਆਪ ਦੀਆਂ 4 ਸੀਟਾਂ ਲਈ ਟਿਕਟਾਂ ਦਾ ਐਲਾਨ ਹੋਣਾ ਹਾਲੇ ਬਾਕੀ ਹੈ। ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ 16 ਅਪ੍ਰੈਲ ਨੂੰ ਲੁਧਿਆਣਾ ਤੇ ਜਲੰਧਰ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦੇਣਗੇ ਪਰ ਆਪ ਦੇ ਸੂਤਰ ਕਹਿੰਦੇ ਨੇ ਕਿ ਹੁਣ ਚਰਚਾ ਹੋ ਰਹੀ ਹੈ ਕਿ ਗੁਰਦਾਸਪੁਰ ਲੁਧਿਆਣਾ ਤੇ ਫਿਰੋਜ਼ਪੁਰ ਦੇ ਵਿੱਚ Hindu ਵੋਟਰਾਂ ਦੀ ਗਿਣਤੀ ਜ਼ਿਆਦਾ ਹੈ ਇਸ ਲਈ ਇੱਥੇ Hindu ਚਿਹਰਿਆਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਵਿਰੋਧੀਆਂ ਦੇ ਹਮਲਿਆਂ ਤੋਂ ਵੀ ਬਚਿਆ ਬਚਿਆ ਜਾ ਸਕਦਾ ਹੈ ਲੁਧਿਆਣਾ ਤੇ ਫਿਰੋਜ਼ਪੁਰ ਨੂੰ ਲੈ ਕੇ ਇੱਕ ਸਹਿਮਤੀ ਖਾਸ ਕਰਕੇ ਬਣਦੀ ਨਜ਼ਰ ਆ ਰਹੀ ਹੈ ਇਸ ਦੇਰਮਿਆਨਾ ਆਮ ਆਦਮੀ ਪਾਰਟੀ ਨੂੰ ਝਟਕੇ ਦੀ ਇੱਕ ਖਬਰ ਹੈ ਇੱਕ ਪੁਰਾਣਾ ਉਮੀਦਵਾਰ ਬਾਗੀ ਹੋ ਗਿਆ ਹੈ ਪੰਜਾਬ ਦੇ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਨੂੰ ਝਟਕਾ ਲੱਗ ਸਕਦਾ ਹੈ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਹੁਤ ਹੀ ਗੂੜੇ ਮਿੱਤਰ ਮੰਨੇ ਜਾਂਦੇ ਅਧਾਕਰ ਕਰਮਜੀਤ ਅਨਮੋਲ ਨੂੰ ਉਮੀਦਵਾਰੀ ਦਿੱਤੀ ਗਈ ਹੈ ਤੇ ਪਾਰਟੀ ਦੇ ਇਸ ਫੈਸਲੇ ਤੋਂ ਨਰਾਜ਼ 2019 ਵਿੱਚ ਪਾਰਟੀ ਦੇ ਉਮੀਦਵਾਰ ਰਹੇ ਰਿਟਾਇਰਡ ਜਸਟਿਸ ਜ਼ੋਰਾ ਸਿੰਘ ਨੇ ਫਰੀਦਕੋਟ ਹਲਕੇ ਤੋਂ ਹੁਣ ਆਜ਼ਾਦ ਚੋਣ ਲੜਨ ਦਾ ਐਲਾਨ ਕਰ ਦਿੱਤਾ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਬਰਗਾੜੀ ਇਤ ਵੀ ਮਾਮਲੇ ਵਿੱਚ ਜਾਂਚ ਕਰਨ ਵਾਲਾ ਪਹਿਲਾ ਕਮਿਸ਼ਨ ਸੀ ਅਕਾਲੀ ਦਲ ਨੇ ਬਣਾਇਆ ਸੀ ਉਹ ਵੱਖਰੀ ਗੱਲ ਹੈ ਕਿ ਇਹਨਾਂ ਨੇ ਸਮੇਂ ਤੇ ਰਿਪੋਰਟ ਵੀ ਦੇ ਦਿੱਤੀ ਸੀ ਪਰ ਅਕਾਲੀ ਦਲ ਨੇ ਉਸ ਰਿਪੋਰਟ ਨੂੰ ਅੱਜ ਤੱਕ ਨਹੀਂ ਖੋਲਣ ਦਿੱਤਾ ਜ਼ੋਰਾ ਸਿੰਘ ਨੇ ਆਮ ਆਦਮੀ ਪਾਰਟੀ ਯਾਨਕੀ ਆਪਣੀ ਹੀ ਪਾਰਟੀ ਤੇ ਹਮਲਾ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਵੀ ਅਕਾਲੀਆਂ ਤੇ ਕਾਂਗਰਸ ਵਾਂਗੂ ਝੁੰਮਲਾ ਪਾਰਟੀ ਬਣ ਕੇ ਰਹਿ ਗਈ ਹੈ ਪਾਰਟੀ ਵਿੱਚ ਸ਼ਾਮਲ ਹੋਣ ਵਕਤ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਕਿ ਜ਼ੋਰਾ ਸਿੰਘ ਕਮਿਸ਼ਨ ਮੁਤਾਬਕ ਬਰਗਾੜੀ ਵਿਧਬੀ ਮਾਮਲੇ 'ਚ ਜਾਂਚ ਕੀਤੀ ਜਾਊਗੀ ਮਾਫ ਕਰਨਾ ਕਾਰਵਾਈ ਕੀਤੀ ਜਾਊਗੀ ਜਿਸ ਤੇ ਉਹ ਖਰੇ ਨਹੀਂ ਉਤਰੇ ਜ਼ੋਰਾ ਸਿੰਘ ਨੇ ਕਿਹਾ ਕਿ ਹੁਣ ਲੋਕ ਸਭਾ ਚੋਣਾਂ ਦੇ ਵਿੱਚ ਮੈਂ ਆਪਣਾ ਸੰਦੇਸ਼ ਲੈ ਕੇ ਜਾਵਾਂਗਾ ਸੀਐਮ ਮਾਨ ਤੇ ਤੰਜ ਕੱਸਦੇ ਹੋਏ ਉਹਨਾਂ ਕਿਹਾ ਕਿ ਲੋਕ ਚੁਟਕਲੇ ਸੁਣਨਾ ਪਸੰਦ ਨਹੀਂ ਕਰਦੇ ਸਿਰਫ ਵਾਅਦੇ ਪੂਰੇ ਕਰਨ ਵਾਲੀ ਪਾਰਟੀ ਨੂੰ ਹੀ ਪਸ ਭਜਨ ਸਮਾਜ ਪਾਰਟੀ ਨੇ ਲੋਕ ਸਭਾ ਚੋਣਾਂ 2024 ਦੇ ਲਈ 9 ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ ਕਰ ਦਿੱਤੀ ਹੈ ਹਾਲਾਂਕਿ ਇਸ ਸੂਚੀ ਦੇ ਵਿੱਚ ਪੰਜਾਬ ਦੇ ਕਿਸੇ ਵੀ ਉਮੀਦਵਾਰ ਦਾ ਐਲਾਨ ਨਹੀਂ ਹੈ ਜ਼ਿਆਦਾਤਰ ਯੂਪੀ ਦੇ ਯੂਪੀ ਦੀਆਂ ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ। ਅਕਾਲੀ ਦਲ ਦੇ ਸਾਬਕਾ ਲੀਡਰ ਸੁੱਚਾ ਸਿੰਘ ਲੰਗਾ ਦੇ ਪੁੱਤ ਦੇ ਡਰੱਗ ਮਾਮਲੇ ਵਿੱਚ ਹੋਈ ਗ੍ਰਿਫਤਾਰੀ ਨੇ ਪੰਜਾਬ ਦੇ ਚੋਣ ਅਖਾੜੇ ਨੂੰ ਗਰਮਾ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਤੇ ਅਕਾਲੀ ਲੀਡਰ ਵਿਕਰਮ ਸਿੰਘ ਮਜੀਠੀਆ ਦੇ ਵਿਚਾਲੇ ਟਵਿੱਟਰ ਵਾਰ ਸ਼ੁਰੂ ਹੋ ਗਈ ਹੈ। ਸਭ ਤੋਂ ਪਹਿਲਾਂ ਸੀਐਮ ਮਾਨ ਨੇ ਮਜੀਠੀਆ ਤੇ ਤੰਜ ਕਸਦੇ ਲਿਖਿਆ ਕਿ ਮਜੀਠੀ ਲੰਗਾ ਦੇ بیٹے ਬਾਰੇ ਪ੍ਰੈਸ ਕਾਨਫਰੰਸ ਕਿਉਂ ਨਹੀਂ ਕਰਦੇ ਇਹਦੀ ਵੀ ਮਾਮਾ ਜੀ ਬਣੋ ਸੀਐਮ ਮਾਨ ਦੇ ਇਸ ਤੰਛ ਦਾ ਜਵਾਬ ਵਿਕਰਮ ਮਜੀਠੀਆ ਨੇ ਵੀ ਤੁਰੰਤ ਦਿੱਤਾ ਮਿੰਟੀ ਲਾਇਆ ਸੀਐਮ ਦੀ ਪਹਿਲੀ ਪਤਨੀ ਅਤੇ ਧੀ ਦੇ ਤਾਜ਼ਾ ਇਲਜ਼ਾਮਾਂ ਦੀ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਮਾਨ ਸਾਹਿਬ ਤੁਹਾਡੀ ਸੋਚ ਤੇ ਹੈਰਾਨੀ ਹੁੰਦੀ ਹੈ ਤੁਹਾਡੀ ਕਿਹੋ ਜੀ ਮਾਨਸਿਕਤਾ ਹੈ ਕਿ ਤੁਸੀਂ ਆਪਣੀ ਧੀ ਸਿਰਤ ਦੀ ਤੁਲਨਾ ਕਿਹਦੇ ਨਾਲ ਕਰ ਰਹੇ ਹੋ ਕਹਿੰਦੇ ਤੁਸੀਂ ਤਾਂ ਸੋਸ਼ਲ ਮੀਡੀਆ ਤੇ ਸ਼ਰਿਆਮ ਆਪਣੀ ਧੀ ਦੀ ਤਸਵੀਰ ਪਛਾਣਨ ਤੋਂ ਹੀ ਮਨਾ ਕਰ ਦਿੱਤਾ ਸੀ ਉਸ ਨੂੰ ਭਾਣਜੀ ਕਹਿ ਦਿੱਤਾ ਆਪਣੀ ਧੀ ਨੂੰ ਭਾਣਜੀ ਬਣਾ ਦਿੱਤਾ ਬਾਪ ਛੱਡ ਤੁਸੀਂ ਸਿਰਤ ਦੇ ਮਾਮਾ ਬਣ ਗਏ ਮਾਨ ਸਾਹਿਬ ਕਹਿੰਦੇ ਮੈਂ ਤਾਂ ਮਾਮਾ ਬਣ ਗਿਆ ਧੀ ਸਿਰਤ ਦਾ ਤੇ ਹੁਣ ਵੀ ਤਿਆਰ ਹਾਂ ਜੇ ਸਿਰਤ ਤੇ ਦਿਲਸ਼ਾਨ ਮੈਨੂੰ ਇਜਾਜ਼ਤ ਦੇਣ ਤਾਂ ਮੈਂ ਮਾਮਾ ਬਣਨ ਨੂੰ ਤਿਆਰ ਹਾਂ ਮਜੀਠੀਆ ਨੇ ਸੀਐਮ ਮਾਨ ਦੇ ਪਰਿਵਾਰ ਨੂੰ ਸ਼ਾਮਲ ਕੀਤਾ ਤਾਂ ਮੁੱਖ ਮੰਤਰੀ ਨੇ 100 ਸਾਲ ਪੁਰਾਣੇ ਮਜੀਠੀਆ ਖਾਨਦਾਨ ਦੇ ਤਾਰ ਛੇੜ ਦਿੱਤੇ ਯਾਨੀ ਕਿ ਟਵੀਟੋ ਟਵੀਟੀ ਇਸ ਮੁੱਦੇ ਤੇ ਹੋ ਰਹੇ ਨੇ ਦੋਵੇਂ ਵੱਡੇ ਲੀਡਰ ਮੁੱਖ ਮੰਤਰੀ ਮਾਨ ਨੇ ਫਿਰ ਮਜੀਠੀਆ ਨੂੰ ਜਵਾਬ ਦਿੰਦੇ ਹੋਏ ਲਿਖਿਆ ਕਿ 13 ਅਪ੍ਰੈਲ 1919 ਨੂੰ ਜਲਿਆਂਵਾਲਾ ਬਾਗ ਕਾਂਡ ਤੋਂ ਬਾਅਦ ਜਨਰਲ ਡਾਇਰ ਦੇ ਡਿਨਰ ਬਾਰੇ ਬੋਲੋ ਤੁਹਾਡੇ ਘਰ ਕੀਤਾ ਸੀ ਜਾਂ ਨਹੀਂ ਜੇ ਨਹੀਂ ਤਾਂ ਮੈਂ ਸਿਆਸਤ ਛੱਡਾਂਗਾ ਤੁਹਾਨੂੰ ਸੌਣ ਲੱਗੇ ਪੰਜਾਬੀਆਂ ਸਾਹਮਣੇ ਸੱਚ ਬੋਲੋ ਮਜੀਠੀਆ ਸਾਹਿਬ ਤੇ ਫਿਰ ਮਜੀਠੀਆ ਦਾ ਜਵਾਬ ਵੀ ਨਾਲੋਂ ਨਾਲ ਆ ਗਿਆ ਆਪਣੇ ਜਵਾਬ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਮਾਂ ਦੀ ਸੌਂ ਖਾਣ ਕੇ ਸੌਂ ਖਾ ਕੇ ਮੁੱਕਰ ਜਾਣ ਦਾ ਇਲਜ਼ਾਮ ਲਾਇਆ ਤੇ ਨਾਲ ਹੀ ਇਸ ਗੱਲ ਤੋਂ ਵੀ ਇਨਕਾਰ ਕਰ ਦਿੱਤਾ ਕਿ ਡਾਇਰ ਕਦੇ ਉਹਨਾਂ ਦੇ ਘਰ ਆਇਆ ਸੀ ਕਹਿੰਦੇ ਹੁਣ ਮੈਂ ਤੁਹਾਨੂੰ ਸਾਫ਼ ਕਰ ਦਿੱਤਾ ਕਿ ਜਨਰਲ ਡਾਇਰ ਕਦੇ ਸਾਡੇ ਘਰ ਨਹੀਂ ਆਇਆ ਸਾਡੇ ਪੁਰਖਿਆਂ ਦੇ ਘਰ ਨਹੀਂ ਆਇਆ ਮੈਂ ਸਪਸ਼ਟ ਕਰ ਦਿੱਤਾ ਹੁਣ ਤੁਸੀਂ ਛੱਡੋ ਰਾਜਨੀਤੀ ਤੇ ਨਾਲ ਹੀ ਸੀਐਮ ਮਾਨ ਤੇ ਹੋਰ ਵੀ ਨਿੱਜੀ ਹਮਲੇ ਵਿਕਰਮ ਮਜੀਠੀਆ ਨੇ ਕੀਤੇ ਇਸ ਤੋਂ ਇਲਾਵਾ ਵਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਾਮ ਦੌਰੇ ਤੇ ਵੀ ਸਵਾਲ ਚੁੱਕੇ ਦਰਸਲ ਮੁੱਖ ਮੰਤਰੀ ਭਗਵੰਤ ਮਾਨ 12 ਅਤੇ 13 ਅਪ੍ਰੈਲ ਨੂੰ ਅਸਾਮ ਦੌਰੇ ਤੇ ਰਹਿਣਗੇ 12 ਅਪ੍ਰੈਲ ਨੂੰ ਉਹਨਾਂ ਦੀ ਰੈਲੀ ਹੈ ਤੇ ਇਥੇ ਇੰਡੀਆ ਗੱਠਜੋੜ ਦੇ ਉਮੀਦਵਾਰਾਂ ਦੇ ਨਾਲ ਉਹ ਪ੍ਰਚਾਰ ਕਰਦੇ ਦਿਖਾਈ ਦੇ ਰਹੇ ਨੇ ਗੱਠਜੋੜ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸਾਮਚ 2 ਸੀਟਾਂ ਮਿਲੀਆਂ ਨੇ ਵਿਕਰਮ ਮਜੀਠੀਆ ਨੇ ਤੰਜ ਕਸਦਿਆਂ ਅਪੀਲ ਕੀਤੀ ਕਹਿੰਦੇ ਪੰਜਾਬ ਦਾ ਪ੍ਰਮੁੱਖ ਤੇ ਹਰ ਵਿਸਾਖੀ ਤੇ ਖਾਲਸਾ ਸਾਜਨਾ ਦੇ ਵਿਸਾਇ ਇਸ ਮੌਕੇ ਪੰਜਾਬ ਦਾ ਮੁੱਖ ਮੰਤਰੀ ਅਸਾਮ ਦੇ ਵਿੱਚ ਇੰਡੀਆ ਅਲਾਈਅንስ ਦੇ ਲਈ ਪ੍ਰਚਾਰ ਕਰ ਰਿਹਾ ਹੈ ਤੇ ਮੈਂ ਯਾਦ ਕਰਾਉਣਾ ਚਾਹੁੰਨਾ ਕਿ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਐਨਐਸਏ ਲਾ ਕੇ ਤੁਸੀਂ ਜਿਹੜੇ ਸਿੰਘਾਂ ਨੂੰ ਬੰਦ ਕੀਤਾ ਹੈ ਉਹਨਾਂ ਤੋਂ ਵੀ ਐਨਐਸਏ ਹਟਾ ਦਿਓ ਉਹਨਾਂ ਦੀ ਰਿਹਾਈ ਕਰਾਓ ਕਹਿੰਦੇ ਤੁਸੀਂ ਸ਼ਰਾਬ ਘਟਾਲੇ ਦੇ ਇਲਜ਼ਾਮਾਂ ਦੇ ਵਿੱਚ ਫਸਿਆ ਆਪਣੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤਿਹਾਰ ਜੇਲ੍ਹ ਚ ਰਿਹਾਈ ਦੇ ਲਈ ਤਾਂ ਮਰਨ ਵਰਤ ਰੱਖ ਸਕਦੇ ਹੋ ਭੁਖਟਾਲ ਕਰ ਸਕਦੇ ਹੋ ਪਰ ਕੀ ਤੁਹਾਨੂੰ ਇਹ ਪੰਜਾਬ ਦੇ ਨੌਜਵਾਨ ਨਹੀਂ ਦਿਸਦੇ ਜਿਨ੍ਹਾਂ ਤੇ ਨਜਾਇਜ਼ ਪਰਚੇ ਦਰਜ ਕਰਕੇ ਜੇਲ੍ਹਾਂ ਦੇ ਵਿੱਚ ਬੰਦ ਕਰ ਰੱਖਿਆ ਇਨਾ ਹੀ ਨਹੀਂ ਕਹਿੰਦੇ ਤੁਸੀਂ ਉਹਨਾਂ ਦੀਆਂ ਮਾਵਾਂ ਤੇ ਵੀ 57 ਦਾ ਪਰਚਾ ਦਰਜ ਕੀਤਾ ਹੈ ਕਹਿੰਦੇ ਮੈਂ ਤਾਂ ਕਦੇ ਨਹੀਂ ਸੁਣਿਆ ਕਿ ਮਾਵਾਂ ਵੀ ਮਾਹੌਲ ਖਰਾਬ ਕਰ ਸਕਦੀਆਂ ਨੇ ਮੁੱਖ ਮੰਤਰੀ ਜੀ ਤੁਹਾਨੂੰ ਪੰਜਾਬੀਆਂ ਨੇ ਚੁਣਿਆ ਪਰ ਤੁਸੀਂ ਪੰਜਾਬ ਦੀ ਫਿਕਰ ਕਰਨ ਦੀ ਬਜਾਏ ਆਪਣੀ ਪਾਰਟੀ ਤੇ ਭਾਈਵਾਲਾਂ ਦੇ ਪ੍ਰਚਾਰ 'ਚ ਪੰਜਾਬ ਦਾ ਪੈਸਾ ਤੇ ਸਮਾਂ ਬਰਬਾਦ ਕਰ ਰਹੇ ਹੋ ਉਹਨਾਂ ਸ਼ਾਮ ਚੱਲ ਰਹੇ ਹੋ ਜੇ ਸ਼ਾਮ ਚੱਲੇ ਹੀ ਹੋ ਜੇ ਕੇਜਰੀਆਲ ਦੀ ਰਿਹਾਈ ਮੰਗ ਸਕਦੇ ਹੋ ਸ਼ਰਾਬ ਕੋਟਾਲੇ 'ਚ ਜਾਂ ਸ਼ਹੀਦ ਭਗਤ ਸਿੰਘ ਖਟਕਰਕਣਾ ਉਹਨਾਂ ਦੀ ਪਵਿੱਤਰ ਧਰਤੀ ਤੇ ਬਹਿ ਕੇ ਸ਼ਰਾਬ ਘਟਾਲੇ ਦੀ ਵਾਸਤੇ ਤੁਸੀਂ ਆਪਦਾ ਇਹ ਮਰਨਵਾਤ ਰੱਖ ਸਕਦੇ ਹੋ ਜਾਂ ਅੰਸ਼ਲ ਰੱਖ ਸਕਦੇ ਹੋ ਆਸ ਕਰੂੰਗਾ ਉਮੀਦ ਕਰੂੰਗਾ ਕਿ ਅੱਜ ਜਾ ਕੇ ਉੱਥੇ ਵੀ ਹਾਂ ਦਾ ਇਕੱਲਾ ਨਾਰਾ ਨਹੀਂ ਮਾਰੂਗੇ ਆਪਦਾ ਗਲਤ ਫੈਸਲਾ ਐਨਐਸਏ ਲਾਉਣ ਦਾ ਫੈਸਲਾ ਥੀਸ ਡ੍ਰੈਕੋਨियन ਲਾਜ਼ ਇੱਕ ਕਰਾਲੇ ਕਾਨੂੰਨ ਇਹ ਕਾਨੂੰਨ ਜਿਹੜੇ ਮਨੁੱਖੀ ਅਧਿਕਾਰਾਂ ਦਾ ਘਾਣਕਰ ਕੀਤਾ ਜਿਨ੍ਹਾਂ ਨੇ ਉਹਨਾਂ ਨੂੰ ਵਾਪਸ ਲਾਉਂਗੇ ਔਰ ਜਿਹੜੇ ਉਹ ਸਾਡੇ ਉਥੇ ਸਿੰਘ ਬੈਠੇ ਆ ਉਹਨਾਂ ਨੂੰ ਇਮੀਡੀਏਟਲੀ ਐਨਐਸਏ ਹਟਾ ਕੇ ਵਾਪਸ ਲਿਆਉਣ ਦਾ ਕੰਮ ਕਰੋਗੇ ਜੇ ਨਹੀਂ ਕਰੋਗੇ ਤੇ ਪਤਾ ਹੀ ਆ ਕਿ ਤੁਸੀਂ ਵੀ ਅੱਜ ਦੇ ਜਰਨਲ ਡਾਇਰ ਬਣੇ ਹੋ ਅਨੰਦਪੁਰ ਸਾਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੇ ਆਪਣੇ ਚੋਣ ਦਫਤਰ ਦਾ ਉਦਘਾਟਨ ਕਰ ਦਿੱਤਾ ਇਸ ਮੌਕੇ ਕਾਂਗਰਸ ਦੇ ਸੀਨੀਅਰ ਵਿਧਾਇਕ ਸੁਖਪਾਲ ਖੈਰਾ ਨੇ ਇਲਜ਼ਾਮ ਲਾਇਆ ਕਿ ਪ੍ਰਦਰਸ਼ਨ ਦੇ ਡਰੋਂ ਪੁਲਿਸ ਨੇ ਤਿੰਨ ਕਿਸਾਨ ਲੀਡਰਾਂ ਨੂੰ ਘਰ ਦੇ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਕਿ ਇਹ ਹੀ ਬਦਲਾ ਹੈ ਖੈਰਾ ਨੇ ਬਠਿੰਡਾ ਵਿੱਚ ਕਿਸਾਨਾਂ ਵੱਲੋਂ ਆਮ ਆਦਮੀ ਪਾਰਟੀ ਦਾ ਵਿਰੋਧ ਕਰਨ ਵਾਲੀ ਇੱਕ ਹੋਰ ਵੀਡੀਓ ਨੂੰ ਵੀ ਨਸ਼ਰ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਆਦਮਪੁਰ ਤੋਂ ਸਾਬਕਾ ਵਿਧਾਇਕ ਪਵਨ ਕੁਮਾਰ ਟੀਨ ਨੂੰ ਜਲੰਧਰ ਲੋਕ ਸਭਾ ਤੋਂ ਪਾਰਟੀ ਦੇ ਉਮੀਦਵਾਰ ਹੋ ਸਕਦੇ ਨੇ ਤਕਰੀਬਨ ਤਕਰੀਬਨ ਉਹਨ ਲਗ ਚੁੱਕੀ ਹੈ ਇਸ ਦੌਰਾਨ ਖਬਰਾਂ ਆ ਰਹੀਆਂ ਨੇ ਕਿ ਟੀਨੂ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਸਕਦੇ ਨੇ ਜਿਸ ਨੂੰ ਟੀਨੂ ਨੇ ਸਿਰਫ ਅਫਵਾਹ ਦੱਸਿਆ ਹੈ ਉਹਨਾਂ ਨੇ ਕਿਹਾ ਕਿ ਮੈਂ ਕਿਸੇ ਹੋਰ ਪਾਰਟੀ ਚ ਸ਼ਾਮਲ ਨਹੀਂ ਹੋ ਰਿਹਾ ਮੇਰੀ ਕ੍ਰੈਡੀਬਿਲਟੀ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੋ ਫਰੀਦਕੋਟ ਤੋਂ ਬੀਜੇਪੀ ਉਮੀਦਵਾਰ ਅਤੇ ਗਾਇਕ ਹੰਸਰਾਜ ਹੰਸ ਦਾ ਵਿਰੋਧ ਨਹੀਂ ਘਟ ਰਿਹਾ ਫਰੀਦਕੋਟ ਹਲਕੇ ਦੇ ਵਿੱਚ ਲਗਾਤਾਰ ਉਹਨਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸ਼ੁੱਕਰਵਾਰ ਨੂੰ ਤਾਂ ਕਿਸਾਨਾਂ ਨੇ ਕਾਰ ਰੋਕੇ ਹੰਸ ਰਾਜ ਹੰਸ ਨੂੰ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਜਿੱਥੇ ਉਹ ਇੱਕ ਹੋਟਲ ਦੇ ਵਿੱਚ ਮੀਟਿੰਗ ਕਰਨ ਲਈ ਪਹੁੰਚ ਰਹੇ ਸੀ ਪਹਿਲਾਂ ਤੋਂ ਲੀਕੇ ਉਹ ਪ੍ਰੋਗਰਾਮ ਦੇ ਤਹਿਤ ਕਿਸਾਨਾਂ ਨੇ ਉਹਨਾਂ ਦਾ ਘਰਾਓ ਕਰਨ ਦੀਆਂ ਤਿਆਰੀਆਂ ਕਰ ਰੱਖੀਆਂ ਸਨ ਜਿਵੇਂ ਹੀ ਭਾਜਪਾ ਉਮੀਦਵਾਰ ਹੰਸ ਦਾ ਕਾਫਲਾ ਹੋਟਲ ਵਾਲੀ ਥਾਂ ਤੇ ਪਹੁੰਚਿਆ ਤਾਂ ਪਹਿਲਾਂ ਕਿਸਾਨਾਂ ਨੇ ਘਰਾਓ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਪੁਲਿਸ ਨੇ ਕਿਸਾਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਧੱਕਾਮੁੱਕੀ ਵੀ ਹੋਈ ਤੇ ਫਿਰ ਕਿਸਾਨਾਂ ਨੇ ਭਾਜਪਾ ਦੇ ਖਿਲਾਫ ਜ਼ਬਰਦਸਤ ਨਾਰੇਬਾਜ਼ੀ ਕਰਦਿਆਂ ਕਿ ਹਾਂ ਕਿ ਉਹ ਭਾਜਪਾ ਉਮੀਦਵਾਰ ਸਿਰਫ ਸਵਾਲ ਪੁੱਛਣਾ ਚਾਹੁੰਦੇ ਨੇ ਕਾਂਗਰਸ ਦੇ ਸੀਨੀਅਰ ਲੀਡਰ ਦਿਗਵਜੇ ਸਿੰਘ ਨੇ ਇਲਜ਼ਾਮ ਲਾਇਆ ਨੇ ਕਿ ਚੋਣ ਕਮਿਸ਼ਨ ਪੱਖਪਾਤੀ ਰਵਈਏ ਨਾਲ ਕੰਮ ਕਰ ਰਿਹਾ ਹੈ ਲਗਾਤਾਰ ਸਮਾਂ ਮੰਗਣ ਦੇ ਬਾਵਜੂਦ ਕਹਿੰਦੇ ਸਾਨੂੰ ਸਮਾਂ ਨਹੀਂ ਮਿਲ ਰਿਹਾ ਅਸੀਂ ਆਪਣੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਦਿੱਤੀ ਹੈ ਪਰ ਸਾਡੀ ਸ਼ਿਕਾਇਤ ਤੇ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਸਾਨੂੰ ਮਿਲਣ ਵੀ ਨਹੀਂ ਦਿੱਤਾ ਜਾ ਰਿਹਾ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਬਾਰਾਮੁੱਲਾ ਲੋਕ ਸਭਾ ਹਲਕੇ ਤੋਂ ਚੋਣ ਲੜਨਗੇ ਨੈਸ਼ਨਲ ਕਾਨਫਰੰਸ ਨੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਈਦ ਮੌਕੇ ਮੰਜੂਰ ਪ੍ਰਦੇਸ਼ ਵਿੱਚ ਮੁਸਲਿਮ ਔਰਤਾਂ ਦੇ ਲਈ ਮੁਫਤ ਬਸ ਦੀ ਸਵਾਰੀ ਦੇ ਐਲਾਨ ਨੂੰ ਲੈ ਕੇ ਕਾਂਗਰਸ ਦੇ ਸੁਖੂ ਸਰਕਾਰ ਤੇ ਸਵਾਲ ਖੜੇ ਹੋਣ ਲੱਗੇ ਨੇ ਸਾਬਕਾ ਸੀਐਮ ਤੇ ਭਾਜਪਾ ਲੀਡਰ ਜੈਰਾਮ ਠਾਕੁਰ ਨੇ ਇਸ ਨੂੰ ਚੋਣ ਜਾਬਤੇ ਦੀ ਉਲੰਘਣਾ ਕਰਾਰ ਦਿੱਤਾ ਹੈ ਠਾਕੁਰ ਦਾ ਕਹਿਣਾ ਹੈ ਕਿ ਪੂਰੇ ਦੇਸ਼ ਵਿੱਚ ਚੋਣ ਜਾਬਤਾ ਲੱਗਿਆ ਹੋਣ ਕਰਕੇ ਕਿਸੇ ਵੀ ਨਾਗਰਿਕ ਨੂੰ ਅਜਿਹੀ ਸਹੂਲਤ ਨਹੀਂ ਦਿੱਤੀ ਜਾ ਸਕਦੀ ਇਹ ਕਰਨਾ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕਾਰਵਾਈ ਵਰਗਾ ਹੈ ਦੇਸ਼ ਦੇ ਵਿੱਚ ਵੱਖ-ਵੱਖ ਥਾਵਾਂ ਤੇ ਚੋਣ ਪ੍ਰਚਾਰ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਕਾਂਗਰਸ ਅਤੇ ਵਿਰੋਧੀ ਗਠਜੋੜ ਇੰਡੀਆ ਤੇ ਨਿਸ਼ਾਨੇ ਕੱਸ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਨਾ ਮਾਰਿਆ ਕਿ ਇਹ ਲੋਕ ਸੌਣ ਦੇ ਵਿੱਚ ਮਟਨ ਬਣਾਉਣ ਦਾ ਮਜ਼ਾ ਲੈਂਦੇ ਨੇ ਯਾਨੀ ਕਿ ਸੌਣ ਦੇ ਮਹੀਨੇ ਵਿੱਚ ਪੀਐਮ ਮੋਦੀ ਜੰਮੂ ਪਹੁੰਚੇ ਹੋਏ ਸਨ ਉਹਨਾਂ ਨੇ ਕਿਹਾ ਕਿ ਇਹ ਇੱਕ ਟ੍ਰੇਲਰ ਹੈ ਉਹ ਦਿਨ ਦੂਰ ਨਹੀਂ ਜਦੋਂ ਇੱਥੇ ਵਿਧਾਨ ਸਭਾ ਚੋਣਾਂ ਹੋਣਗੀਆਂ ਉਧਰ ਦਿਗ ਵਿਜੇ ਸਿੰਘ ਨੇ ਪੱਖਪਾਤੀ ਰਵਈਏ ਦਾ ਇਲਜ਼ਾਮ ਲਾਇਆ ਤਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸ ਨੇਤਾ ਉਹਨਾਂ ਨੂੰ ਆਪਣੀ ਪਾਰਟੀ ਚੋਂ ਹੀ ਕੱਢ ਦਿੱਤਾ ਜਿਹੜੇ ਰਾਮ ਮੰਦਰ ਦੇ ਵਿੱਚ ਪ੍ਰਾਣ ਪ੍ਰਤੀਸ਼ਠਾ ਸਮਾਗਮ ਚ ਹਿੱਸਾ ਲੈਣਾ ਚਾਹੁੰਦੇ ਸੀ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿਜਰ ਦੇ ਖਿਲਾਫ ਵਾਰਦਾਤ ਤੋਂ ਬਾਅਦ ਭਾਰਤ ਕੈਨੇਡਾ ਦੇ ਵਿਚਾਲੇ ਤਣਾਅ ਪੈਦਾ ਹੋਇਆ ਸੀ ਉਸ ਦਰਮਿਆਨ ਭਾਰਤ ਨੇ ਕੈਨੇਡਾ ਦੇ ਖਿਲਾਫ ਜਿਹੜਾ ਕਦਮ ਚੁੱਕਿਆ ਸੀ ਉਹਦਾ ਹੁਣ ਕੈਨੇਡਾ ਨੇ ਵਿੱਚ 6 ਮਹੀਨੇ ਬਾਅਦ ਹਿਸਾਬ ਬਰਾਬਰ ਕਰ ਦਿੱਤਾ ਹੈ ਕੈਨੇਡਾ ਨੇ ਭਾਰਤ ਵਿੱਚ ਆਪਣੇ ਡਿਪਲੋਮੈਟਿਕ ਮਿਸ਼ਨਾਂ ਚੋਂ ਭਾਰਤੀ ਸਟਾਫ ਦੀ ਗਿਣਤੀ ਨੂੰ ਘਟਾ ਦਿੱਤਾ ਪਿਛਲੇ ਸਾਲ ਭਾਰਤ ਸਰਕਾਰ ਨੇ ਕੈਨੇਡਾ ਦੇ 41 ਡਿਪਲੋਮੇਟਾਂ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਸੀ ਜਿਸ ਦੇ ਜਵਾਬ ਦੇ ਵਿੱਚ ਕੈਨੇਡਾ ਨੇ ਕਿਹਾ ਕਿ ਜਦੋਂ ਭਾਰਤ ਵਿੱਚ ਸਾਡੇ ਡਿਪਲੋਮੇਟਾਂ ਦੀ ਗਿਣਤੀ ਘਟ ਹੈ ਤਾਂ ਸਾਨੂੰ ਵੀ ਇਸ ਗਿਣਤੀ ਨੂੰ ਘਟਾਉਣਾ ਕੈਨੇਡਾ ਦੇ ਡਿਪਲੋਮੇਟਾਂ ਦੀ ਗਿਣਤੀ ਘਟਾਉਣ ਤੋਂ ਬਾਅਦ ਕੈਨੇਡਾ ਨੇ ਮੁੰਬਈ ਚੰਡੀਗੜ੍ਹ ਤੇ ਬੰਗਲੌਰੂ ਦੇ ਵਿੱਚ ਆਪਣੇ ਕੌਂਸੂਲੇਟਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਜਾਂ ਕਹਿ ਸਕਦੇ ਆ ਕਿ ਬੰਦ ਕਰਨਾ ਪਿਆ ਸੀ ਹਾਲਾਂਕਿ ਖਬਰਾਂ ਪੜੇ ਜਾਣ ਤੱਕ ਸਾਨੂੰ ਇਹ ਜਾਣਕਾਰੀ ਨਹੀਂ ਮਿਲ ਸਕੀ ਕਿ ਕੈਨੇਡਾ ਨੇ ਕਿੰਨੇ ਭਾਰਤੀ ਸਟਾਫ ਨੂੰ ਘਟਾਇਆ ਹੈ ਪਰ ਇਸ ਦੀ ਗਿਣਤੀ ਲਗਭਗ 100 ਦੱਸੀ ਜਾ ਰਹੀ ਹੈ ਇਸ ਦੀ ਪੁਸ਼ਟੀ ਕਰਦਿਆਂ ਕੈਨੇਡੀਅਨ ਹਾਈ ਕਮਿਸ਼ਨ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਭਾਵੇਂ ਇਹ ਮੁਸ਼ਕਲ ਫੈਸਲਾ ਸੀ ਪਰ ਸਾਡੇ ਡਿਪਲੋਮੇਟਾਂ ਦੀ ਗਿਣਤੀ ਘੱਟ ਹੋਣ ਕਰਕੇ ਸਾਨੂੰ ਇਹ ਫੈਸਲਾ ਲੈਣਾ ਪਿਆ ਦੋਵੇਂ ਮੁਲਕਾਂ ਦੇ ਵਿੱਚ ਬਰਾਬਰ ਦੇ ਡਿਪਲੋਮੇਟ ਹੋ ਤਾਂ ਕਿ ਭਾਰਤ ਵਿੱਚ ਕੈਨੇਡਾ ਦੇ ਕੈਨੇਡਾ ਦੇ ਵੀਜ਼ਾ ਐਪਲੀਕੇਸ਼ਨ ਸੈਂਟਰ ਪਹਿਲਾਂ ਵਾਂਗ ਹੀ ਚੱਲਦੇ ਰਹਿਣਗੇ 7 ਜਨਵਰੀ 2023 ਤੋਂ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਲਈ ਮੋਹਾਲੀ ਚੰਡੀਗੜ੍ਹ ਸਰਹੱਦ ਤੇ ਵਾਈਪੀਐਸ ਚੌਂਕ ਤੇ ਚੱਲ ਰਹੇ ਪੱਕੇ ਮੋਰਚੇ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਜਨਹਿਤ ਪਟੀਸ਼ਨ ਜਿਹੜੀ ਦਾਇਰ ਹੋਈ ਹੈ ਉਸ ਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਹੁਣ ਸਖਤ ਟਿੱਪਣੀ ਕੀਤੀ ਹੈ ਅਦਾਲਤ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾ ਕੇ ਅਣਮਿੱਥੇ ਸਮੇਂ ਤੱਕ ਸੜਕਾਂ ਜਾਮ ਨਹੀਂ ਕੀਤੀਆਂ ਜਾ ਸਕਦੀਆਂ ਹਾਈ ਕੋਰਟ ਨੇ ਕਿਹਾ ਕਿ ਪੰਜਾਬ ਸਰਕਾਰ ਵੀ ਕਾਰਵਾਇ ਨਾ ਕਰਨ ਦਾ ਕਾਰਨ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਉਣ ਦੀ ਗੱਲ ਕਹਿ ਰਹੀ ਹੈ ਪਰ ਇਸ ਆੜ ਦੇ ਵਿੱਚ ਸੜਕ ਜਾਮ ਕਰਕੇ ਲੋਕਾਂ ਨੂੰ ਤੰਗ ਨਹੀਂ ਕੀਤਾ ਜਾ ਸਕਦਾ ਅਦਾਲਤ ਨੇ ਕਿਹਾ ਕਿ ਕਰੀਬ 1 ਸਾਲ ਪਹਿਲਾਂ ਪੰਜਾਬ ਦੇ ਡੀਜੀਪੀ ਨੂੰ ਇਸ ਮਾਮਲੇ ਵਿੱਚ ਅਦਾਲਤ ਵਿੱਚ ਤਲਬ ਕੀਤਾ ਗਿਆ ਸੀ ਪਰ ਹਾਲੇ ਤੱਕ ਕੋਈ ਹੱਲ ਨਹੀਂ ਇਹਨਾਂ ਨੇ ਕੱਢਿਆ ਐਕਟਿੰਗ ਚੀਫ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ ਦੇ ਬੈਂਚ ਨੇ ਕਿਹਾ ਕਿ ਅਦਾਲਤੀ ਰਿਕਾਰਡ ਤਸਵੀਰਾਂ ਦੇਖ ਕੇ ਸਮਝਿਆ ਜਾ ਸਕਦਾ ਹੈ ਕਿ ਬਹੁਤੇ ਲੋਕ ਇੱਥੇ ਇਕੱਠੇ ਨਹੀਂ ਹਨ ਸੜਕ ਨੂੰ ਰੋਕਣ ਵਾਲੇ ਜ਼ਿਆਦਾਤਰ ਲੋਕ ਪਿੰਡੂ ਪਛੋਕੜ ਵਾਲੇ ਲੋਕ ਹਨ ਹਾਲਾਂਕਿ ਜਿਹੜਾ ਵਾਈਪੀਐਸ ਚੌਂਕ ਤੇ ਧਰਨਾ ਲੱਗਿਆ ਹੋਇਆ ਹੈ ਮੋਹਾਲੀ ਚੰਡੀਗੜ੍ਹ ਹੱਦ ਤੇ ਧਰਨਾ ਲੱਗਿਆ ਹੋਇਆ ਉਸ ਧਰਨੇ ਦੇ ਆਲੇ-ਦੁਆਲੇ ਸਾਰੀਆਂ ਸੜਕਾਂ ਕਈ ਸਮਾਂ ਪਹਿਲਾਂ ਹੀ ਖੋਲ ਦਿੱਤੀਆਂ ਗਈਆਂ ਸਨ ਸੜਕਾਂ ਦੇ ਆਲੇ-ਦੁਆਲੇ ਤੰਬੂ ਲੱਗੇ ਹੋਏ ਨੇ ਟੈਂਟ ਲੱਗੇ ਹੋਏ ਨੇ ਧਰਨਾ ਲੱਗਿਆ ਹੋਇਆ ਪਰ ਸੜਕ ਇਸ ਵਕਤ ਕੋਈ ਵੀ ਜਾਮ ਨਹੀਂ ਹੈ ਪਰ ਰਾਹਗੀਰਾਂ ਨੂੰ ਦਿੱਕਤਾਂ ਜ਼ਰੂਰ ਆਉਂਦੀ ਹੈ ਕਿਉਂਕਿ ਜਿਹੜਾ ਹੈਗਾ ਇੱਥੇ ਰਾਹ ਥੋੜਾ ਭੀੜਾ ਹੋ ਚੁੱਕਿਆ ਹੈ ਜਦੋਂ ਲੋਕ ਆਸੇ-ਪਾਸੇ ਬੈਠੇ ਹੋਣ ਸੜਕਾਂ ਦੇ ਆਸੇ-ਪਾਸੇ ਤਾਂ ਜਾਮ ਹੈ ਜਿਹੜਾ ਉਹ ਅਕਸਰ ਹੀ ਲੱਗ ਜਾਂਦਾ ਨੌਜਵਾਨ ਸ਼ਹੀਦ ਕਿਸਾਨ ਸ਼ੁਭਕਰਨ ਸਿੰਧੀਆਂ 80ਾਂ ਕੇਰਲਾ ਦੇ ਵਿੱਚ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਰਨਲਿਸਟਕਤਰ ਸਰਵਣ ਸਿੰਘ ਬੰਦੇਰ ਨੇ ਕੇਰਲਾ ਦੇ ਕਾਲੀਕਟ ਵਿੱਚ ਅਰਬ ਸਾਗਰ ਤੋਂ ਵੀਡੀਓ ਜਾਰੀ ਕਰਕੇ ਦੱਸਿਆ ਹੈ ਕਿ ਸ਼ਹੀਦ ਸ਼ੁਭਕਰਨ ਦੀਆਂ ਅਸਥੀਆਂ ਇੱਥੇ ਜਲ ਪ੍ਰਵਾਹ ਕੀਤੀਆਂ ਨੇ ਇਸ ਮੌਕੇ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਕਿਸਾਨਾਂ ਦੇ ਲਈ ਫਸਲੀ ਬੀਮਾ ਯੋਜਨਾ ਦੀ ਮੰਗ ਵੀ ਕੀਤੀ ਹੈ ਇਸ ਦੇ ਨਾਲ ਹੀ ਉੱਤਰੀ ਭਾਰਤ ਵਿੱਚ ਵਿਸਾਖੀ ਮੌਕੇ ਮੀਂਹ ਦੀ ਪੂਖਾਣੇ ਦੇ ਮੰਦੇ ਨਜ਼ਰ ਮੰਡੀਆਂ ਵਿੱਚ ਕਣਕ ਦੀ ਖਰੀਦ ਵਾਸਤੇ ਪੁਖਤਾ ਪ੍ਰਬੰਧ ਕਰਨ ਦੀ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕੇਐਮਐਮ ਦਾ ਕੋਆਰਡੀਨੇਟਰ ਅੱਜ ਅਸੀਂ ਕੁਝ ਦੇਖ ਸਕਦੇ ਹਾਂ ਆਰਬਸੀਏ ਨੂੰ ਕਹਿੰਦੇ ਆ ਕਲਕੱਟ ਦੇ ਵਿੱਚ ਹੈਗਾ ਜਿੱਥੇ ਕੱਲ ਸ਼ਹਿਰ ਸ਼ੁਕ ਕਰਨ ਦੀਆਂ ਸਤੀਆਂ ਸੀ ਰਾਤੋਂ ਕੀ ਸੀ ਜਿੱਥੇ ਵਿਸਰਜਨ ਕੀਤੀਆਂ ਕੇਰਲਾ ਚਾਏ ਹੋਏ ਆ ਇੱਥੇ ਅੱਜ ਬਹੁਤ ਸਾਰੀਆਂ ਮੀਟਿੰਗਾਂ ਨੇ ਅੱਗੇ ਵੀ ਮੀਟਿੰਗਸ ਆ ਗਈਆਂ ਨੇ ਔਰ ਜਿਵੇਂ ਗਲੋਬਲ ਵਾਰਮਿੰਗ ਵੱਧ ਰਹੀ ਹੈਗੀ ਆ ਮਾਰਚ ਦਾ ਮਹੀਨਾ ਜੋਤ ਦਾ ਸਭ ਤੋਂ ਜ਼ਿਆਦਾ ਤਾਪ ਮੰ ਰਿਹਾ ਔਰ ਇੰਡੀਆ ਦੇ ਵਿੱਚ ਵੀ ਬਹੁਤ ਸਾਰੀ ਗਰਮੀ ਹੁਣ ਪੈਣ ਵਾਲੀ ਹੈਗੀ ਆ ਇਸ ਕਰਕੇ ਸਭ ਤੋਂ ਜ਼ਿਆਦਾ ਪ੍ਰਭਾਵ ਕਿਸਾਨਾਂ ਦੇ ਪੈਣਾ ਅੱਜ ਸਾਡੀਆਂ ਫਸਲਾਂ ਸਮਾਨ ਥੱਲੇ ਆ ਜਾਂ ਤਾਂ ਜ਼ਿਆਦਾ ਮੀਂਹ ਪਊਗਾ ਜਾਂ ਸੋਕਾ ਪੈਜੂਗਾ ਜਾਂ ਹਨੇਰੀ ਚ ਖੜਾਉਣਗੇ ਸਾਡਾ ਨੁਕਸਾਨ ਸਭ ਤੋਂ ਵੱਧ ਹੋਣਾ ਤਾਂ ਅਸੀਂ ਪ੍ਰਧਾਨ ਮੰਤਰੀ ਜੀ ਦੇ ਸੇ ਕਰਕੇ ਆਪਣੀ ਮੰਗ ਰੱਖੀ ਸੀ ਕਿ ਉਹਨਾਂ ਸਾਹਮਣੇ ਵੀ ਸਾਨੂੰ ਫਸਲੀ ਬੀਮਾ ਯੋਜਨਾ ਸਰਕਾਰ ਆਪਣੇ ਦਮ ਤੇ ਕਰਕੇ ਦੇਵੇ ਉਹ ਅਜੇ ਤੱਕ ਪੂਰੀ ਨਹੀਂ ਹੋਈ ਹੈਗੀ ਬਰਸਾਤ ਹੁੰਦੀ ਸੰਭਾਵਨਾ ਹੈ ਇਸ ਕਰਕੇ ਅਸੀਂ ਉੱਤਰ ਪਾਰ ਦੇ ਵਿੱਚ ਕਣਕ ਦੀ ਬਾਢੀ ਹੈਗੀ ਆ ਸਰਕਾਰਾਂ ਨੂੰ ਕਹਿ ਰਹੇ ਆ ਵੀ ਪਹਿਲੋਂ ਮੰਡੀਆਂ ਦੇ ਵਿੱਚ ਸਾਡੀ ਕਣਕ ਨਾ ਖਰਾਬ ਹੋਵੇ ਉਹ ਰੋਲ ਨਾ ਦਿਓ ਉਹਦਾ ਪ੍ਰਬੰਧ ਕਰੋ ਔਰ ਜਾਣ ਜੋ ਅਸੀਂ ਮੌਸਮ ਦੀ ਮਾਰ ਤੋਂ ਬਚ ਸਕੀਏ ਇਹਦੇ ਨਾਲ ਦੀ ਨਾਲ ਜਿਵੇਂ ਐਮਜਨ ਜੰਗਲ ਨੇ ਦੁਨੀਆ ਦੇ ਉਹਨਾਂ ਨੂੰ ਜਾੜਿਆ ਜਾ ਰਿਹਾ ਜਦੋਂ ਇਤਿਹਾਸ ਰਸਤੇ 36 ਘੜ ਦੇ ਵਿੱਚ ਜੰਗਲ ਵੱਡੇ ਜਾ ਰਹੇ ਨੇ ਜਿਹੜੀਆਂ ਭਾਰਤ ਮਾਲਾ ਯੋਜਨਾਵਾਂ ਤਹਿਤ ਛੜਕਾ ਨਿਕਲੀਆਂ ਉਹਨਾਂ ਨੇ ਕਿੰਨੇ ਰੁੱਖ ਵੱਡੇ ਗਏ ਤਮਿਲਨਾਡੂ ਪਹੁੰਚੇ ਸਰਵੰਤ ਸਿੰਘ ਪੰਦੇ ਨੇ ਸਪਸ਼ਟ ਕੀਤਾ ਹੈ ਕਿ ਕਿਸਾਨਾਂ ਦਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਐਮਐਸਪੀ ਤੇ ਕਾਨੂੰਨ ਨਹੀਂ ਬਣ ਜਾਂਦਾ ਉਧਰ ਪੰਜਾਬ ਹਰਿਆਣਾ ਦੇ ਸ਼ੰਭੂ ਬਾਰਡਰ ਤੇ ਮੋਰਚਿਆਂ ਤੇ ਬੈਠੇ ਕਿਸਾਨਾਂ ਦੇ ਵਿੱਚ ਉਸ ਵਕਤ ਘਬਰਾਹਟ ਫੈਲ ਗਈ ਸੀ ਜਦੋਂ ਅਚਾਨਕ ਇੱਥੇ ਅੱਗ ਲੱਗ ਗਈ ਸੀ ਅਤੇ ਕਿਸਾਨਾਂ ਦੇ 6 ਟੈਂਟ ਸੜ ਗਏ ਇੱਕ ਟਰੈਕਟਰ ਟਰਾਲੀ ਵੀ ਸੜ ਗਿਆ ਹੁਣ ਕਿਸਾਨਾਂ ਨੇ ਦੱਸਿਆ ਕਿ ਸ਼ਾਰਟ ਸਰਕਟ ਕਰਕੇ ਅੱਗ ਲੱਗੀ ਸੀ ਜਦੋਂ ਅੱਗ ਲੱਗੀ ਸਰਹੱਦ ਤੇ ਤਨਾਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੋਂ ਅੱਗ ਤੇ ਕਾਬੂ ਉਹੀ ਨਹੀਂ ਪਾਇਆ ਗਿਆ ਕਿਸਾਨਾਂ ਨੇ ਖੁਦ ਪਾਣੀ ਦੀਆਂ ਬਾਲਟੀਆਂ ਡੋਲ-ਡੋਲ ਕੇ ਅੱਗ ਨੂੰ ਕਾਬੂ ਕੀਤਾ ਕਿਸਾਨਾਂ ਦਾ ਦੋਸ਼ ਹੈ ਕਿ ਉਹਨਾਂ ਦਾ ਭਾਰੀ ਨੁਕਸਾਨ ਹੋਇਆ ਪਰ ਕਿਸੇ ਅਧਿਕਾਰੀ ਨੇ ਕੋਈ ਨੋਟਿਸ ਨਹੀਂ ਲਿਆ ਕਿਸਾਨ ਮਜ਼ਦੂਰ ਮੋਰਚਾ ਦੇ ਮੈਂਬਰ ਤੇ ਸ਼ਹੀਦ ਭਗਤ ਸਿੰਘ ਯੂਨੀਅਨ ਦੇ ਪ੍ਰਧਾਨ ਅਮਰਜੀਤ ਸਿੰਘ ਮੋੜੀ ਨੇ ਕਿਹਾ ਕਿ ਬਿਜਲੀ ਦੇ ਪ੍ਰਬੰਧ ਨਾ ਹੋਣ ਕਰਕੇ ਹੀ ਸ਼ਾਰਟ ਸਰਕਟ ਹੋਇਆ ਤੇ ਇਹ ਸਰਕਾਰ ਦੀ ਨਕਾਮੀ ਹੈ ਪੰਜਾਬ ਸਰਕਾਰ ਦੇ ਵੱਲੋਂ ਵਾਰੀ-ਵਾਰੀ ਕਹਿਣ ਦੇ ਬਾਵਜੂਦ ਵੀ ਸਰਕਾਰ ਨੇ ਇੱਥੇ ਕੋਈ ਸਹੂਲਤ ਮੁਹੱਈਆ ਨਹੀਂ ਕਰਵਾਈ। ਦੋਵੇਂ ਸੂਬਿਆਂ ਦੀ ਹੱਦ ਸਾਂਝੀ ਹੋਣ ਕਰਕੇ ਪੰਜਾਬ ਤੇ ਹਰਿਆਣਾ ਦੋਵੇਂ ਸੂਬਿਆਂ ਦੀਆਂ ਸਰਕਾਰਾਂ ਦਾ ਇਹ ਫਰਜ਼ ਬਣਦਾ ਹੈ ਕਿ ਸੰਘਰਸ਼ ਕਰ ਰਹੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦਿੱਤੀਆਂ ਜਾਣ। ਦਸਤਾਰ ਹਰੇਕ ਸਿੱਖ ਦੇ ਸਿਰ ਦਾ ਤਾਜ ਹੁੰਦੀ ਹੈ ਤੇ ਦਸਤਾਰ ਦੇ ਲਈ ਸਿੱਖ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਨੇ ਪਰ ਪਿਛਲੇ ਦਿਨੀ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਭੰਗੜਾ ਪਾਉਂਦੇ ਸਮੇਂ ਦੀ ਇੱਕ ਜਿਹੀ ਤਸਵੀਰ ਸਾਹਮਣੇ ਆਈ ਹੈ ਇੱਕ ਜਿਹੀ ਵੀਡੀਓ ਵਾਇਰਲ ਹੋਈ ਹੈ ਜਿਸ ਤੋਂ ਬਾਅਦ ਚਰਚਾ ਚੱਲ ਰਹੀ ਹੈ ਯੂਨੀਵਰਸਿਟੀ ਦੇ ਵਿੱਚ ਇੱਕ ਮੁਕਾਬਲੇ ਦਰਮਿਆਨ ਭੰਗੜਾ ਪਾਉਂਦੇ ਸਮੇਂ ਇੱਕ ਦਸਤਾਰਤਾਰੀ ਨੌਜਵਾਨ ਨੇ ਆਪਣੀ ਦਸਤਾਰ ਹਿਲਾ ਕੇ ਜ਼ਮੀਨ ਤੇ ਉਦੋਂ ਰੱਖ ਦਿੱਤੀ ਜਦੋਂ ਭੰਗੜਾ ਪਾਉਂਦੇ ਸਮੇਂ ਉਹਦੀ ਦਸਤਾਰ ਸ਼ਾਇਦ ਢਿੱਲੀ ਹੋ ਗਈ ਸੀ ਇੱਕ ਦੋ ਵਾਰੀ ਉਹਨੇ ਹੱਥ ਨਾਲ ਠੀਕ ਕਰਨ ਦੀ ਕੋਸ਼ਿਸ਼ ਕੀਤੀ ਪਰ ਫਿਰ ਉਸਨੇ ਆਪਣੀ ਦਸਤਾਰ ਉਤਾਰ ਕੇ ਸਟੇਜ ਤੇ ਮੂਰੇ ਰੱਖ ਦਿੱਤੀ ਤੇ ਭੰਗੜਾ ਲਗਾਤਾਰ ਪਾਉਂਦਾ ਰਿਹਾ ਉਹਦੇ ਕੇਸ ਵੀ ਸਾਰੇ ਖੁੱਲ ਗਏ ਸਨ ਇਸੇ ਤਰ੍ਹਾਂ ਭੰਗੜਾ ਜਾਰੀ ਰਿਹਾ ਤੇ ਫਿਰ ਜਿਹੜੀ ਜੱਜਾਂ ਦੀ ਟੀਮ ਸੀ ਉਹਨਾਂ ਨੇ ਵੀ ਇਸ ਨੂੰ ਅਨਸ਼ਾਸਨ ਦੇ ਵਿੱਚ ਜਾਂ ਪਹਿਰਾਵੇ ਦੇ ਵਿੱਚ ਕੋਈ ਕੁਤਾਹੀ ਨਾ ਮੰਨਦੇ ਹੋਏ ਟੀਮ ਨੂੰ ਨੰਬਰ 1 ਜੇਤੂ ਘਰਾੜ ਦਿੱਤਾ। ਇਸ ਘਟਨਾ ਤੋਂ ਬਾਅਦ ਨੌਜਵਾਨ ਦੀ ਵੀਡੀਓ ਵਾਇਰਲ ਹੋ ਗਈ ਤੇ ਵਿਵਾਦ ਸ਼ੁਰੂ ਹੋ ਗਿਆ। ਸੋਸ਼ਲ ਮੀਡੀਆ ਤੇ ਵਿਵਾਦ ਕਾਫੀ ਤਿੱਖਾ ਚੱਲਿਆ। ਜ਼ਿਆਦਾਤਰ ਸਿੱਖ ਨੌਜਵਾਨਾਂ ਨੇ ਤੇ ਜ਼ਿਆਦਾਤਰ ਸਿੱਖ ਭਾਈਚਾਰੇ ਨੇ ਇਸ ਨੂੰ ਦਸਤਾਰ ਦਾ ਅਪਮਾਨ ਦੱਸਿਆ। ਇਸ ਸਾਰੇ ਮਾਮਲੇ ਤੋਂ ਬਾਅਦ ਹੁਣ ਨੌਜਵਾਨ ਨੇ ਮਾਫੀ ਮੰਗੀ ਹੈ। ਨੌਜਵਾਨ ਦਾ ਨਾਮ ਨਰੈਣ ਸਿੰਘ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਰੇ ਮੱਥਾ ਟੇਕ ਕੇ ਉਸਨੇ ਆਪਣੀ ਭੁੱਲ ਬਖਸ਼ਾਈ। ਨਰੈਣ ਸਿੰਘ ਸਾਰਾ ਪਰਿਵਾਰ ਵੀ ਅਮਰਤਾ ਰਿਓ ਨੇ ਕਿਹਾ ਕਿ ਜੋ ਹੋਇਆ ਉਹ ਸਹੀ ਨਹੀਂ ਸੀ ਨਰੈਣ ਸਿੰਘ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ ਗੁਰੂ ਦੀ ਸ਼ਰਨ ਪੈ ਕੇ ਉਸ ਨੇ ਮਾਫੀ ਮੰਗੀ ਹੈ ਕਿਹਾ ਕਿ ਤੂੰ ਹੀ ਦਾਤਾ ਹੈ ਬਖਸ਼ਣਹਾਰ ਹੈ ਦਰਸਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਜਸ਼ਨ 2024 ਮਨਾਇਆ ਗਿਆ ਜਿਸ ਵਿੱਚ ਪੰਗੜੇ ਦੀ ਪੇਸ਼ਕਾਰੀ ਸੀ ਪੰਗੜਾ ਪਾਉਂਦੇ ਹੋਏ ਸਟੇਜ ਤੇ ਇਸ ਨੌਜਵਾਨ ਦੀ ਇਹ ਜਿਹੜੀ ਹਰਕਤ ਸਾਹਮਣੇ ਆਈ ਸੀ ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਆ ਧੰਨਵਾਦ